ਹੈ ਜਿਹੜੇ ਦੇਸ਼ ਦੇ ਤੇ ਦੁਨੀਆਂ ਦੇ ਉਹਨਾਂ ਤੇ ਵਿਚਾਰ ਵਟਾਂਦਰਾ ਕਰਦੇ ਆ। ਪਰ ਧੰਨਵਾਦੀ ਆ ਅੱਜ ਬਾਈ ਸੁੱਖਾ ਸੰਧੂ ਸਾਹਿਬ ਦੇ ਅੰਡਿਆਨਾ ਇੰਡੀਅਨਪਲਸ ਦੇ ਵਿਚ ਸਾਡਾ ਸਾਥ ਸਹਿਯੋਗ ਦਿੰਦੇ ਹੋਏ ਸਾਡੇ ਨਾਲ ਖੜੇ ਨੇ। ਵੈਸੇ ਤਾਂ ਤੁਸੀਂ ਸਾਰੇ ਖੜੇ ਹੋ ਪਰ ਉਹ ਉਚੇਚੇ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ ਅੱਜ ਦੇ ਦਿਨ ਦਾ ਪ੍ਰੋਗਰਾਮ। ਬਹੁਤ ਧੰਨਵਾਦ ਉਹਨਾਂ ਦਾ ਤੇ ਧੰਨਵਾਦ ਜਤਿੰਦਰ ਪੰਨੂ ਸਾਹਿਬ ਦਾ ਜਿਹੜੇ ਇਸ ਵਕਤ ਆਪਣੇ ਨਾਲ ਸ਼ਾਮਲ ਨੇ। ਜੀ ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਜੀ ਸ਼ੁਕਰੀਆ ਸੁਖਨੈਬ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਜੇ ਖਬਰਾਂ ਸਾਰਾਂ ਦੀ ਗੱਲ ਕਰਨੀ ਹੋਵੇ ਤਾਂ ਇੰਗਲੈਂਡ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਇਲੈਕਸ਼ਨ ਦਾ ਮਾਹੌਲ ਹੈ ਤੇ ਸਾਰੀਆਂ ਪਾਰਟੀਆਂ ਕੋਲ ਆਪਣਾ ਜ਼ੋਰ ਯਤਨ ਲਾ ਰਹੀਆਂ। ਲੇਬਰ ਪਾਰਟੀ ਕਹਿੰਦੇ ਜੇ ਅਸੀਂ ਜਿੱਤ ਗਏ ਤਾਂ ਜਲ੍ਹਿਆਂਵਾਲਾ ਬਾਗ ਹੈ ਜਿਹੜਾ ਇਹਦੇ ਮਾਮਲੇ ਤੇ ਮਾਫੀ ਮੰਗਾਂਗੇ। ਇੱਕ ਮੈਨੂੰ ਥੋੜਾ ਜਿਹਾ ਸ਼ੰਕਾ ਨਿਵਰਤ ਕਰ ਦਿਓ ਕਿ ਜਦੋਂ 1919 ਦੇ ਵਿਚ ਇੱਥੇ ਘਟਨਾਕ੍ਰਮ ਵਾਪਰਦਾ ਉਦੋਂ ਪਹਿਲਾਂ ਬਾਗ ਸੀਗਾ ਜਾਂ ਬਾਅਦ ਦੇ ਵਿਚ ਇਹ ਬਣਾਇਆ ਗਿਆ? ਨਹੀਂ ਨਹੀਂ, ਬਾਗ ਸੀਗਾ ਜੀ। ਬਾਗ ਦੇ ਵਿਚ ਅਸਲ ਚ ਉਸ ਦਿਨ ਇੱਥੇ ਸੀ ਇੱਕ ਮੰਡੀ ਲੱਗੀ ਜੀ। ਇੱਥੇ ਵਿਸਾਖੀ ਦੇ ਉੱਤੇ ਪਸ਼ੂਆਂ ਦਾ ਮੇਲਾ ਲਾਉਣ ਦੀ ਪੁਰਾਣੀ ਰਵਾਇਤ ਸੀ, ਕਿਉਂਕਿ ਵਿਸਾਖੀ ਤੇ ਲੋਕ ਬਹੁਤ ਆਉਂਦੇ ਆ, ਭੀੜ ਬਹੁਤ, ਮੇਲਾ ਬੜਾ ਭਰਦਾ। ਉਹਦੇ ਨਾਲ ਜੁੜ ਕੇ ਮਾਲ ਮੰਡੀ ਚ ਪਸ਼ੂਆਂ ਦਾ, ਮੱਝਾਂ ਗਾਵਾਂ ਦਾ, ਸਰਾਂ ਦਾ ਮੇਲਾ ਵੀ ਹਮੇਸ਼ਾ ਲੱਗਦਾ, ਮੰਡੀ ਲੱਗਦੀ ਆ। ਤਰਨ ਤਰਨ ਦੀ ਮੱਸਿਆ ਦੇ ਨਾਲ ਪਸ਼ੂਆਂ ਦੀ ਮੰਡੀ ਲੱਗਦੀ ਸੀ, ਏਦਾਂ ਕੁਝ ਮੇਲਿਆਂ ਦੇ ਨਾਲ ਮੰਡੀਆਂ ਜੁੜੀਆਂ ਨੇ ਜੀ। ਲੋਕ ਬਹੁਤ ਵੱਡੀ ਗਿਣਤੀ ਚ ਆਏ ਇਧਰੋਂ। ਇਹ ਜਿਹੜੇ ਅੱਗੇ ਸਨ ਦੋ ਲੀਡਰ ਉਥੋਂ ਦੇ ਜਨਤਕ ਲੀਡਰ ਜੀ, ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ, ਇਨ੍ਹਾਂ ਦੀ ਗ੍ਰਿਫਤਾਰੀ ਦਾ ਕਰਕੇ ਲੋਕ ਭੜਕੇ ਪਏ ਸਨ। ਉਥੇ ਸੱਦਾ ਦੇ ਦਿੱਤਾ ਗਿਆ ਕਿ ਜਲਸਾ ਕਰਨਾ। ਸਰਕਾਰ ਨੇ ਇੱਕ ਰੈਪਟੀਏ ਦੀ ਡਿਊਟੀ ਲਾ ਦਿੱਤੀ, ਆਪਣੇ ਪਿੰਡਾਂ ਜਿਹੜਾ ਚੌਕੀਦਾਰ ਨੂੰ ਉਦੋਂ ਰੈਪਟੀਆ ਕਹਿੰਦੇ ਹੁੰਦੇ ਸੀ, ਹੁਣ ਵੀ ਪਿੰਡਾਂ ਚ ਰੈਪਟੀਆ ਕਹਿੰਦੇ। ਉਹਦੀ ਡਿਊਟੀ ਲਾ ਦਿੱਤੀ, ਤੂੰ ਪੀਪਾ ਖੜਕਾ ਤੇ ਕਹਿ ਦੇ ਕਿ ਅਸੀਂ ਇੱਥੇ ਕੋਈ ਜਲਸਾ ਸਰਕਾਰ ਨੇ ਕਹਿ ਤਾਂ ਨਹੀਂ ਆਉਂਦਾ। ਅੱਗੇ ਅੱਗੇ ਉਹ ਕਹਿੰਦਾ ਜਾਵੇ ਤੇ ਪਿੱਛੇ ਪਿੱਛੇ ਇਨ੍ਹਾਂ ਦਾ ਇੱਕ ਬੰਦਾ ਪੀਪਾ ਖੜਕਾ ਕੇ ਕਹਿੰਦਾ ਜਾਵੇ ਜਲਸਾ ਹੋਊਗਾ। ਕੁਝ ਲੋਕ ਜਲਸੇ ਚ ਉੱਥੇ ਗਏ ਸਨ, ਵੱਡੀ ਗਿਣਤੀ ਉਹਨਾਂ ਲੋਕਾਂ ਦੀ ਸੀ ਜਿਹੜੇ ਮੰਡੀ ਵਿਚ ਸਨ ਤੇ ਅਚਾਨਕ ਅਨਾਉਂਸਮੈਂਟ ਹੋਈ ਕਿ ਕਰਫਿਊ ਲੱਗ ਗਿਆ, ਆਪਣੇ ਘਰਾਂ ਨੂੰ ਚਲ ਜਾਓ ਜੀ, ਤੇ ਘਰਾਂ ਤੱਕ ਉਹ ਪਹੁੰਚ ਨਹੀਂ ਸੀ ਸਕਦੇ, ਉਹ ਇੱਥੇ ਆ ਗਏ ਕਿ ਚਲ ਉੱਥੇ ਨਾਲੇ ਤਕਰੀਰਾਂ ਸੁਣਾਂਗੇ, ਦੇਸ਼ ਭਗਤੀ ਦਾ ਮਾਮਲਾ, ਤੇ ਨਾਲੇ ਉੱਥੇ ਰਾਤ ਕੱਟ ਲਾਂਗੇ। ਸਰਦੀਆਂ ਤੇ ਹੈ ਨੀ ਸਨ, ਹੈ ਗਰਮੀਆਂ ਦੇ ਦਿਨ ਸਨ, ਵਿਸਾਖੀ ਦਾ ਦਿਨ ਸੀ, ਤੇ ਉੱਥੇ ਰਾਤ ਬਗੈਰ ਕੱਪੜਿਆਂ ਤੋਂ ਵੀ ਕੱਟੀ ਜਾ ਸਕਦੀ ਸੀ। ਲੋਕ ਉੱਥੇ ਆ ਗਏ, ਉੱਥੇ ਡੈਰ ਨੇ ਆ ਕੇ ਘੇਰਾ ਪਾ ਲਿਆ। ਉਹਨੂੰ ਡੈਰ ਆਖੀ ਜਾਂਦੇ, ਅਸਲ ਚ ਡੈਰ ਨੀ, ਮੈਂ ਗੱਲ ਬਹੁਤ ਕਈ ਵਾਰੀ ਦੁਹਰਾਈ ਹੈ ਤੇ ਉਹਦਾ ਕਰਕੇ ਹੁਣ ਕੁਝ ਲੋਕ ਉਹਨੂੰ ਕਰਨਲ ਡੈਰ ਕਹਿਣ ਲੱਗ ਪਏ, ਨਹੀਂ ਤੇ ਹੁਣ ਤੱਕ ਸਾਰੇ ਜਨਰਲ ਡੈਰ ਹੀ ਕਹਿੰਦੇ ਸੀ, ਉਹ ਗਲਤ ਕਹੀ ਜਾਂਦੇ ਆ। ਉਹਨੇ ਕਰਨਲ ਡੈਰ ਨੇ ਆ ਕੇ, ਆਫੀਸ਼ੀਏਟਿੰਗ ਬ੍ਰਿਗੇਡੀਅਰ ਜਨਰਲ ਸੀਗਾ ਉਹ, ਤੇ ਉਹਨੇ ਆ ਕੇ ਤੇ ਘੇਰਾ ਪਾ ਕੇ ਗੋਲੀ ਚਲਵਾ ਦਿੱਤੀ। ਉਹਨੇ ਬਾਅਦ ਵਿਚ ਜਾਂਚ ਕਮਿਸ਼ਨ ਦੇ ਸਾਹਮਣੇ ਬਿਆਨ ਦਿੰਦੇ ਆਖਿਆ ਵੀ ਆ ਕਿ ਮੇਰੇ ਕੋਲ ਗੋਲੀਆਂ ਥੋੜੀਆਂ ਰਹਿ ਗਈਆਂ ਸੀ, ਜਿੰਨੀਆਂ ਗੋਲੀਆਂ ਲਾਜ਼ਮੀ ਸੀ ਵਾਪਸੀ ਤੇ ਆਪਣੇ ਭਰਾ ਤੱਕ ਪਹੁੰਚਣ ਲਈ, ਤਾਂ ਕਿ ਜੇ ਰਾਜ ਕੋਈ ਹਮਲਾ ਹੋ ਜਾਵੇ ਤੇ ਮੁਕਾਬਲਾ ਕੀਤਾ ਜਾਵੇ, ਉਨੀਆਂ ਗੋਲੀਆਂ ਰੱਖ ਕੇ ਬਾਕੀ ਮੈਂ ਸਭ ਚਲਵਾ ਦਿੱਤੀਆਂ ਸੀ, ਤੇ ਜੇ ਮੇਰੇ ਕੋਲ ਹੋਰ ਹੁੰਦੀਆਂ ਤੇ ਮੈਂ ਅਜੇ ਹੋਰ ਚਲਵਾਉਣੀਆਂ ਸੀ। ਇਹ ਵਹਿਸ਼ੀਪੁਣਾ ਉਹਨੇ ਕੀਤਾ ਸੀ। ਉਸ ਵਹਿਸ਼ੀਪੁਣਾ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਗਿਣਤੀ ਬਾਰੇ ਵੱਖ ਵੱਖ ਅੰਦਾਜ਼ੇ ਨੇ, ਪਰ ਜਿਹੜਾ ਮੋਟਾ ਅੰਦਾਜ਼ਾ ਉਸ ਵਕਤ ਦੇ ਰਿਕਾਰਡ ਤੋਂ ਲੱਗਦਾ ਉਹ 400 ਕੁਝ ਦਾ ਬਣਦਾ। ਇੱਦਾਂ ਹੀ ਕੁਛ ਸਾਡੇ ਬੰਦੇ 1200-1400 ਵੀ ਕਹਿੰਦੇ ਨੇ, ਸਰਕਾਰ ਬਹੁਤ ਘਟਾ ਕੇ ਵੀ ਲਾਉਂਦੀ ਸੀ, ਅੱਡ ਅੱਡ ਅੰਦਾਜ਼ੇ ਨੇ, ਪਰ ਇਹ ਤਾਂ ਗੱਲ ਪੱਕੀ ਆ ਕਿ ਬਹੁਤ ਵੱਡੀ ਗਿਣਤੀ ਚ ਲੋਕ ਮਰੇ। ਕੁਛ ਲੋਕਾਂ ਨੇ ਉੱਥੇ ਖੂਹ ਸੀ ਉਹ ਚ ਛਾਲਾਂ ਮਾਰਤੀਆਂ, ਜਿਹਨਾਂ ਖੂਹ ਚ ਛਾਲਾਂ ਮਾਰੀਆਂ ਇੱਕ ਦੂਜੇ ਦੇ ਉੱਤੇ ਦੱਬ ਕੇ ਮਰ ਗਏ। ਹੁਣ ਉਹ ਜਿਹੜੇ ਇੱਕ ਦੂਜੇ ਉੱਤੇ ਵੱਜ ਵੱਜ ਕੇ ਮਰ ਗਏ ਉਹ ਵੀ ਆਪਣੀ ਥਾਂ ਸੀ, ਇਹਨਾਂ ਦੇ ਵਿੱਚ ਇੱਕ ਬੱਚਾ ਵੀ ਮਰਿਆ ਸੀ, ਉਹ ਸਾਰਾ ਬਹੁਤ ਵਿਚੀ ਪੁਣਾ ਸੀਗਾ ਜੀ। ਔਰ ਇਸ ਮਾਮਲੇ ਤੇ ਹੁਣ ਪੰਨੂ ਸਾਹਿਬ ਜਿਹੜੀ ਮਾਫੀ ਮੰਗਣ ਦੀ ਗੱਲ ਆ ਰਹੀ ਹੈ ਕਿ ਉਹ ਕੀ ਹੈ ਹੁਣ ਪਾਰਟੀ ਉੱਥੇ ਜਿੱਤੂਗੀ ਤਾਂ ਇਹਦਾ ਕਾਰਨ ਇਹ ਹੈ ਕਿ ਉੱਥੇ ਭਾਰਤੀ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ? ਦੇਖੋ, ਇਹ ਸੁਚੇਤ ਜਲਸਾ ਸੀਗਾ ਜਿਹਦੇ ਵਿਚ ਸਰਕਾਰ ਦੇ ਖਿਲਾਫ਼ ਆਵਾਜ਼ ਉਠਾਈ ਜਾ ਰਹੀ ਸੀ ਜੀ। ਡੈਰ ਦਾ ਮੁੱਦਾ ਪਹਿਲਾਂ ਇੱਥੋਂ ਦਾ ਨਹੀਂ ਸੀ ਰਹਿ ਗਿਆ, ਉੱਥੋਂ ਦੀ ਪਾਰਲੀਮੈਂਟ ਵਿਚ ਵੀ ਉੱਠਿਆ ਸੀ, ਜਦੋਂ ਪਾਰਲੀਮੈਂਟ ਚ ਮੁੱਦਾ ਉੱਠਿਆ ਤੇ ਉੱਥੇ ਦੋਵੇਂ ਹਾਊਸ ਵੱਖੋ ਵੱਖ ਖਲੋ ਗਏ ਸਨ। ਜਿਹੜਾ ਹਾਊਸ ਆਫ ਕਾਮਨਸ ਹੈ ਉਦੋਂ ਤੱਕ ਇਹਨੂੰ ਅਹੁਦੇ ਤੋਂ ਲਾਇਆ ਜਾ ਚੁੱਕਾ ਸੀ ਡੈਰ ਨੂੰ। ਹਾਊਸ ਆਫ ਕਾਮਨਸ ਦੇ ਵਿਚ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੇ, ਲੋਕ ਤਾਂ ਗੋਰੇ ਸੀ ਜਿਨ੍ਹਾਂ ਨੇ ਚੁਣਿਆ ਸੀ, ਉਦੋਂ ਉੱਥੇ ਇੰਡੀਅਨ ਤੇ ਨਹੀਂ ਸਨ, ਗੋਰਿਆਂ ਦੇ ਚੁਣੇ ਨੁਮਾਇੰਦਿਆਂ ਨੇ ਉੱਥੇ ਜ਼ੋਰ ਦੇ ਕੇ ਗੱਲ ਕਹੀ ਕਿ ਡੈਰ ਨੇ ਗਲਤ ਕੀਤਾ, ਨਿਹੱਥੇ ਲੋਕਾਂ ਦੇ ਉੱਤੇ ਹਮਲਾ ਕੀਤਾ, ਇਸ ਤਰ੍ਹਾਂ ਮਾਰਿਆ, ਔਰ ਕੱਲਾ ਇਹ ਨਹੀਂ ਕਿ ਆਪਣੀ ਵਰਦੀ ਦੀ ਬਲਕਿ ਜਿਹੜੀ ਬ੍ਰਿਟਿਸ਼ ਨੇਸ਼ਨ ਹੈ
ਇਹਦੀ ਵੀ ਬੇਇੱਜ਼ਤੀ ਕੀਤੀ ਸਾਰੀ ਦੁਨੀਆਂ ਚ ਸਾਡਾ ਮਾੜਾ ਅਕਸ ਗਿਆ ਜੀ। ਉਹਦੇ ਖਿਲਾਫ਼ ਮਤਾ ਪਾਸ ਹੋਇਆ ਸੀ ਔਰ ਬੜੀ ਵੱਡੀਆਂ ਵੋਟਾਂ ਦੇ ਫਰਕ ਨਾਲ ਪਾਸ ਹੋਇਆ ਸੀ। ਇਹੋ ਮਤਾ ਜਦੋਂ ਜਿੱਦਾਂ ਸਾਡੀ ਰਾਜ ਸਭਾ ਹੁੰਦੀ ਉੱਥੇ ਰਾਜ ਸਭਾ ਨੀ ਉੱਥੇ ਹਾਊਸ ਆਫ ਲਾਰਡਸ ਹੈ ਜਿਹ ਚ ਲਾਰਡ ਇੱਕ ਵਾਰੀ ਅਪੁਆਇੰਟ ਹੋ ਜਾਂਦੇ ਪਰ ਸਾਰੀ ਉਮਰ ਲਈ ਰਹਿੰਦੇ ਆ। ਉਹਦੇ ਚ ਬਹੁਤਾ ਕਰਕੇ ਜਿਹੜੇ ਰਾਜ ਪਰਿਵਾਰ ਨਾਲ ਨੇੜਤਾ ਵਾਲੇ ਜਾਂ ਵੱਡੇ ਕਾਰੋਬਾਰੀ ਜਾਂ ਪੁਰਾਣੇ ਡਿਊਕ ਨਵਾਬ ਘਰਾਣਿਆਂ ਚ ਹੋਣ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ। ਉਹ ਜਿਹੜਾ ਹਾਊਸ ਆਫ ਲਾਰਡ ਦੇ ਉੱਪਰਲਾ ਉਹਦੇ ਚ ਸਾਰੇ ਪੁਰਾਣੇ ਰਜਵਾੜਾ ਕਿਸਮ ਦੇ ਲੋਕ ਸਨ, ਉਨ੍ਹਾਂ ਨੇ ਡੈਰ ਦੇ ਪੱਖ ਚ ਮਤਾ ਪਾਸ ਕੀਤਾ। ਦੋ ਮਤੇ ਅੱਡੋ ਅੱਡ ਹੋਏ ਪਰ ਸਾਡੇ ਲਈ ਇਸ ਗੱਲ ਦੀ ਤਸੱਲੀ ਹੋ ਸਕਦੀ ਹੈ ਕਿ ਜਿਹੜਾ ਹਾਊਸ ਉਥੋਂ ਦੇ ਲੋਕਾਂ ਨੇ ਬਣਾਇਆ ਸੀ ਵੋਟਾਂ ਚੁਣ ਕੇ ਉਸ ਹਾਊਸ ਦੇ ਵਿਚ ਡੈਰ ਦੀ ਨਿਖੇਧੀ ਹੋਈ ਸੀ ਪਰ ਇਹ ਆਖਿਆ ਗਿਆ ਸੀ ਕਿ ਇਹਨੂੰ ਇਹਨੇ ਬਹੁਤ ਗਲਤ ਕੀਤਾ, ਇਹਨੂੰ ਇਹਦੀ ਸਜ਼ਾ ਦੇਣੀ ਚਾਹੀਦੀ ਹੈ। ਫਿਰ ਇਹਨੇ ਆਖਿਆ ਸੀ ਕਿ ਮੈਨੂੰ ਆਪਣੇ ਨਾਂ ਨਾਲ ਰਿਟਾਇਰਮੈਂਟ ਤੋਂ ਬਾਅਦ ਹੁਣ ਟਾਈਟਲ ਜਿਹੜਾ ਜਨਰਲ ਦਾ ਲਾਉਣ ਦੀ ਆਗਿਆ ਦਿੱਤੀ ਜਾਵੇ ਕਿ ਮੈਂ ਜਨਰਲ ਡਾਇਰ ਬਣ ਜਾਵਾਂ। ਉਥੋਂ ਦਾ ਜਿਹੜਾ ਸੈਕਟਰੀ ਆਫ ਸਟੇਟ ਸੀ ਉਹਨੇ ਬੜਾ ਕਲੀਅਰ ਸ਼ਬਦਾਂ ਚ ਲਿਖਿਆ ਸੀ ਕਿ ਪਹਿਲੀ ਗੱਲ ਕਿ ਤੂੰ ਕਦੇ ਜਨਰਲ ਬਣਿਆ ਨੀ, ਤੇਰੇ ਕੋਲ ਬ੍ਰਿਗੇਡੀਅਰ ਜਨਰਲ ਦਾ ਕੱਚਾ ਚਾਰਜ ਸੀ ਕਿਉਂਕਿ ਬ੍ਰਿਗੇਡੀਅਰ ਛੁੱਟੀ ਗਿਆ ਸੀ। ਦੂਜਾ ਇਹ ਕਿ ਤੂੰ ਇਹਦੇ ਦੌਰਾਨ ਕੋਈ ਇਹੋ ਜਿਹਾ ਕੰਮ ਨੀ ਕੀਤਾ ਕਿ ਤੈਨੂੰ ਇਹ ਟਾਈਟਲ ਲਾਉਣ ਦਾ ਮਾਣ ਬਖਸ਼ਿਆ ਜਾਵੇ ਬਲਕਿ ਤੂੰ ਬਦਨਾਮੀ ਕਰਾਈ ਹੈ। ਤੀਜਾ ਇਹ ਕਿ ਜਿਹੜੇ ਅਵਾਰਡ ਤੇਰੇ ਲਈ ਰਿਕਮੈਂਡ ਹੋਏ ਸੀ ਉਹ ਵੀ ਇਸ ਘਟਨਾ ਤੋਂ ਬਾਅਦ ਖੋਏ ਜਾ ਚੁੱਕੇ ਆ ਤੇ ਤੈਨੂੰ ਬੜਾ ਬੇਇੱਜ਼ਤੀ ਵਾਲੇ ਢੰਗ ਨਾਲ ਡਿਸਮਿਸ ਕੀਤਾ ਜਾ ਸਕਦਾ, ਇਸ ਕਰਕੇ ਤੈਨੂੰ ਆਪਣੇ ਨਾਂ ਦੇ ਨਾਲ ਜਨਰਲ ਲਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਕਿਸਮ ਉੱਥੇ ਜਿਹੜਾ ਹਾਊਸ ਆਫ ਕਾਮਨਸ ਦੀ ਵੋਟਿੰਗ ਸੀ ਉਹਦੇ ਤੋਂ ਬਾਅਦ ਸਰਕਾਰ ਦਾ ਸਟੈਂਡ ਸੀ ਉਸ ਵਕਤ ਵੜੀ ਦਾ। ਪਰ ਇਹਦੇ ਮੁੱਦੇ ਦੇ ਉੱਤੇ ਹੁਣ ਤੱਕ ਮੰਗ ਉੱਠਦੀ ਹੈ ਕਿ ਏਡਾ ਵੱਡਾ ਵਿਸ਼ੀ ਕਾਂਡ ਹੋਇਆ ਜਿਹਦੇ ਉੱਤੇ ਬ੍ਰਿਟੇਨ ਦੀ ਪਾਰਲੀਮੈਂਟ ਦਾ ਹਾਊਸ ਆਫ ਕਾਮਨਸ ਵੀ ਇਹ ਸਮਝਿਆ ਕਿ ਗਲਤ ਹੋਇਆ ਸੀ, ਉਹਦੀ ਮਾਫ਼ੀ ਮੰਗ ਲਓ। ਉਦੋਂ ਮਾਫ਼ੀ ਤਾਂ ਨਹੀਂ ਸੀ ਕਿਸੇ ਨੇ ਮੰਗੀ ਪਰ ਅੱਜ ਮੰਗ ਲਓ, ਉਦੋਂ ਵਾਲੀ ਸਰਕਾਰ ਤੇ ਹੁਣ ਹੈ ਨੀ ਜੀ। ਇਹਦੇ ਉੱਤੇ ਇੰਨਾ ਕਹਿੰਦੇ ਜੀ ਬੜੀ ਅਫਸੋਸ ਵਾਲੀ ਗੱਲ ਹੈ ਕਿ ਉਦੋਂ ਇੱਦਾਂ ਆਇਆ ਸੀ ਪਰ ਮਾਫ਼ੀ ਨਹੀਂ ਮੰਗ ਰਿਹਾ ਕੋਈ। ਹੁਣ ਲੇਬਰ ਪਾਰਟੀ ਨੇ ਆਖਿਆ ਕਿ ਅਸੀਂ ਮਾਫ਼ੀ ਮੰਗਾਂਗੇ ਪਰ ਲੇਬਰ ਪਾਰਟੀ ਦੇ ਮਾਫ਼ੀ ਮੰਗਣ ਦੀ ਗੱਲ ਆਖਣ ਦੇ ਪਿੱਛੇ ਅਸਲ ਕਾਰਨ ਹੋਰ ਹੈ ਜੀ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਧਾਰਾ 370 ਹਟਾਈ ਉਦੋਂ ਲੇਬਰ ਪਾਰਟੀ ਭਾਰਤ ਦੇ ਖਿਲਾਫ਼ ਇੱਕ ਸਟੈਂਡ ਲੈ ਗਈ ਜਿਹੜਾ ਸਟੈਂਡ ਪਾਕਿਸਤਾਨ ਦੇ ਪੱਖ ਦੇ ਨਾਲ ਮੇਲ ਖਾਂਦਾ ਸੀ। ਉਦੋਂ ਉਹ ਟੈਕਟੀਕਲ ਗਲਤੀ ਕਰ ਗਏ, ਉੱਥੇ ਪਾਕਿਸਤਾਨੀਆਂ ਦੀਆਂ ਵੀ ਬਹੁਤ ਵੋਟਾਂ ਨੇ ਕੋਈ ਸ਼ੱਕ ਨੀ ਪਰ ਭਾਰਤੀਆਂ ਦੀਆਂ ਉਦੋਂ ਜ਼ਿਆਦਾ ਨੇ। ਜਦੋਂ ਵੇਖਿਆ ਕਿ ਕੰਮ ਪੱਖਾ ਪੈ ਰਿਹਾ ਹੁਣ ਇਨ੍ਹਾਂ ਨੇ ਇੱਕ ਤਾਂ ਇਹ ਕਹਿਣਾ ਸ਼ੁਰੂ ਕੀਤਾ ਕਿ ਉਸ ਵਕਤ ਸਾਡਾ ਸਟੈਂਡ ਲੈਣਾ ਠੀਕ ਨਹੀਂ ਸੀ, ਸਾਨੂੰ ਨਿਊਟਰਲ ਰਹਿਣਾ ਚਾਹੀਦਾ ਸੀ, ਉਹ ਦੇਸ਼ ਦਾ ਅੰਦਰੂਨੀ ਮਾਮਲਾ ਸੀ ਤੇ ਜੰਮੂ ਕਸ਼ਮੀਰ ਇੱਕ ਵੀ ਕਸ਼ਮੀਰ ਦੀ ਰਿਆਸਤ ਭਾਰਤ ਦੇ ਪਾਕ ਦਾ ਦੁਆਲਾ ਮਸਲਾ, ਸਾਨੂੰ ਵਿੱਚ ਨਹੀਂ ਸੀ ਬੋਲਣਾ ਚਾਹੀਦਾ। ਦੂਜੀ ਗੱਲ ਇਹ ਕਿ ਇਸ ਵੇਲੇ ਇਹੋ ਜਿਹੇ ਮੁੱਦੇ ਲੱਭ ਰਿਹਾ ਜਿਨ੍ਹਾਂ ਤੇ ਭਾਰਤੀ ਲੋਕਾਂ ਨੂੰ ਇਹ ਕਿਹਾ ਜਾ ਸਕੇ ਕਿ ਅਸੀਂ ਤੁਹਾਡਾ ਪੱਖ ਠੀਕ ਸਮਝਦੇ ਹਾਂ, ਉਹਦੇ ਵਿੱਚ ਜਲਿਆਂ ਵਾਲਾ ਬਾਗ ਹੈ। ਪਰ ਜੇ ਜਲਿਆਂ ਵਾਲੇ ਬਾਗ ਦੀ ਮਾਫ਼ੀ ਮੰਗ ਲੈਣ ਤੇ ਗੱਲ ਕੱਲੀ ਇੱਥੋਂ ਤੱਕ ਸੀਮਿਤ ਨਹੀਂ ਰਹਿਣੀ, ਇਸ ਤੋਂ ਬਾਅਦ ਵੀ ਕੁਛ ਹੋਰ ਮਾਫ਼ੀਆਂ ਮੰਗਣੀਆਂ ਪੈ ਸਕਦੀਆਂ। ਜਿੰਨੇ ਲੋਕ ਜਲਿਆਂ ਵਾਲੇ ਬਾਗ ਦੇ ਵਿੱਚ ਮਾਰੇ ਗਏ ਸੀ ਇਹਦੇ ਨਾਲ ਲਗਭਗ ਇੰਨੇ ਕੁ ਉਹਨਾਂ ਦਾ ਮਸਲਾ ਇਸ ਕਰਕੇ ਬਹੁਤਾ ਨਹੀਂ ਉੱਠਿਆ ਕਿ ਉਹ ਮਰੇ ਪੰਜਾਬ ਵਿੱਚ ਸੀ ਪਰ ਪੰਜਾਬੀ ਨਹੀਂ ਸੀਗੇ, ਉਹ ਸੀ ਜਿਹੜੀ ਇੱਥੋਂ ਦੀ ਗੜਵਾਲ ਰੈਜੀਮੈਂਟ ਇੱਧਰ ਦੇ ਆਏ ਸਨ, ਉਹ ਇੱਧਰ ਮੁਲਤਾਨ ਵਾਲੇ ਪਾਸੇ ਡਿਊਟੀ ਤੇ ਸੀ ਤੇ ਜਦੋਂ ਗਾਂਧੀ ਨੇ ਆਖਿਆ ਨਾ ਮਿਲਵਰਤਨ ਲਹਿਰ ਤੇ ਉਹਨਾਂ ਨੂੰ ਆਖਿਆ ਗਿਆ ਸੀ ਕਿ ਆ ਲੋਕੀ ਮੁਜ਼ਾਹਰੇ ਕਰਦੇ ਨਾ ਤੇ ਗੋਲੀ ਚਲਾਓ, ਉਹਨਾਂ ਆਖਿਆ ਜੀ ਅਸੀਂ ਵੀ ਹਿੰਦੁਸਤਾਨੀ ਇਹ ਵੀ ਹਿੰਦੁਸਤਾਨੀ ਅਸੀਂ ਨਹੀਂ ਗੋਲੀ ਚਲਾਉਣੀ ਤੇ ਉਹਨਾਂ ਸਾਰਿਆਂ ਨੂੰ ਬੇਹਥਿਆਰ ਕਰਕੇ ਤੇ ਰਾਤੋ ਰਾਤ ਬੈਰਕਾਂ ਚ ਬੰਦ ਕੀਤਾ ਸੀ। ਉਹ ਉਥੋਂ ਨਿਕਲ ਕੇ ਤੁਰ ਪਏ ਨੇ ਹੱਥੇ ਕਿ ਅਸੀਂ ਕਿਸੇ ਤਰੀਕੇ ਔਖੇ ਸੌਖੇ ਆਪਣੇ ਪਿੰਡਾਂ ਚ ਪਹੁੰਚ ਜਾਈਏ, ਉੱਥੇ ਜਾ ਕੇ ਵੇਖਾਂਗੇ। ਇੱਥੇ ਅਜਨਾਲੇ ਦੇ ਵਿੱਚ ਇੱਕ ਅੰਗਰੇਜ਼ ਜੱਜ ਹੁੰਦਾ ਸੀ ਕੂਪਰ, ਉਹਦੇ ਆਰਡਰ ਨਾਲ ਉਹਨਾਂ ਸਾਰਿਆਂ ਨੂੰ ਘੇਰ ਕੇ ਉਹ 300 ਦੇ ਕਰੀਬ ਸੀਗੇ ਤੇ ਇੱਕ ਖੂਹ ਦੇ ਵਿੱਚ ਉੱਪਰ ਹੇਠਾਂ ਸੁੱਟ ਕੇ ਤੇ ਉੱਤੇ ਮਿੱਟੀ ਪਾ ਕੇ ਜਿਉਂਦੇ ਦੱਬ ਦਿੱਤੇ ਸੀ। ਉਸ ਖੂਹ ਨੂੰ ਹੁਣ ਤੱਕ ਕਾਲਿਆਂ ਵਾਲਾ ਖੂਹ ਕਹਿੰਦੇ ਸੀ, ਅੱਜ ਕੱਲ੍ਹ ਉੱਥੇ ਗੁਰਦੁਆਰਾ ਵੀ ਬਣ ਗਿਆ ਤੇ ਲੋਕਾਂ ਨੇ ਸ਼ਹੀਦੀ ਖੂਹ ਕਹਿਣਾ ਸ਼ੁਰੂ ਕਰਤਾ। ਅਜੇ 15 ਸਾਲ ਪਹਿਲਾਂ ਤੱਕ ਉਹ ਕਾਲਿਆਂ ਵਾਲਾ ਖੂਹ ਹੁੰਦਾ ਸੀ। ਉਹ ਖੂਹ ਵਾਲੀ ਘਟਨਾ ਵੀ ਹੁਣ ਉੱਥੇ ਖੂਹ ਦੇ ਵਿੱਚ ਉਹ ਨਿਸ਼ਾਨ ਕੁਛ ਵੀ ਨਹੀਂ ਰਹਿਣ ਦਿੱਤਾ, ਹਾਲਾਂਕਿ ਚਾਹੀਦਾ ਸੀ ਕਿ ਸਾਰਾ ਕੁਝ ਰੱਖਿਆ ਜਾਂਦਾ ਸੰਭਾਲ ਕੇ, ਉਹ ਸੰਭਾਲ ਕੇ ਨਹੀਂ ਰੱਖਿਆ ਗਿਆ। ਇੱਦਾਂ ਦੀਆਂ ਘਟਨਾਵਾਂ ਭਾਰਤ ਵਿੱਚ ਉਸ ਦੌਰ ਵਿੱਚ ਕਈ ਹੋਈਆਂ ਸੀ ਤੇ ਜਿਹੜੀ ਲੇਬਰ ਪਾਰਟੀ ਹੈ ਜੇ ਮਾਫ਼ੀ ਮੰਗਦੀ ਹੈ ਤੇ ਸਾਡੇ ਭਾਰਤੀਆਂ ਦੇ ਮਨ ਨੂੰ ਚੈਨ ਪਹੁੰਚੇਗਾ ਕਿ ਏਡਾ ਵੱਡਾ ਕਾਂਡ ਜਿਹੜਾ ਸੀ ਉਹਦੀ ਇਹਨਾਂ ਨੇ ਮਾਫ਼ੀ ਮੰਗੀ ਹੈ। ਉਹਨਾਂ ਨੇ ਨਾਲ ਬਲਕਿ ਲੇਬਰ ਪਾਰਟੀ ਨੇ ਇਹ ਵੀ ਕਹਿਤਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਦੋਂ ਬ੍ਰਿਟੇਨ ਇੱਕ ਦੇਸ਼ ਨਹੀਂ ਇੱਕ ਸਾਮਰਾਜ ਹੁੰਦਾ ਸੀ, ਅੱਡ ਅੱਡ ਦੇਸ਼ਾਂ ਚ ਇਹਨੇ ਕੀ ਪੁੱਠੇ ਕੰਮ ਕੀਤੇ ਸੀ ਉਹਨਾਂ ਸਾਰਿਆਂ ਦੀ ਪੜਤਾਲ ਕਰਾਈ ਜਾਵੇਗੀ ਤਾਂ ਕਿ ਰਿਕਾਰਡ ਸਟ੍ਰੇਟ ਰੱਖੀਏ ਤੇ ਦੁਨੀਆਂ ਨੂੰ ਵੀ ਤੇ ਬ੍ਰਿਟੇਨ ਦੀਆਂ ਵੀ ਅਗਲੀਆਂ ਪੀੜ੍ਹੀਆਂ ਨੂੰ ਦੱਸ ਦਈਏ ਕਿ ਆਹ ਗੱਲਾਂ ਗਲਤ ਹੋਈਆਂ ਸੀ ਜਿਹੜੀਆਂ ਮੁੜ ਕੇ ਨਹੀਂ ਹੋਣੀਆਂ ਚਾਹੀਦੀਆਂ। ਕਾਰਨ ਕੋਈ ਵੀ ਹੋਣ
ਲੇਬਰ ਪਾਰਟੀ ਨੇ ਜਿਹੜਾ ਸਟੈਂਡ ਲਿਆ, ਇਹ ਸਟੈਂਡ ਉਨ੍ਹਾਂ ਦਾ ਵਧੀਆ ਸਲਾਹੁਣ ਜੋ ਗਿਆ। ਮੈਂ ਸਮਝਿਆ ਇਸ ਪੱਖ ਤੋਂ ਜੇ ਇਹੋ ਜਿਹਾ ਕੋਈ ਸਟੈਂਡ ਲੈਂਦੇ ਆ ਕਿ ਜਲ੍ਹਿਆਂਵਾਲੇ ਬਾਗ ਦੀ ਮਾਫ਼ੀ ਮੰਗਣੀ ਆ ਜਾਂ ਪਿਛਲਾ ਰਿਕਾਰਡ ਸਟੇਟ ਕਰਨਾ, ਲੋਕਾਂ ਨੂੰ ਦੱਸਣਾ ਕਿ ਉਨ੍ਹਾਂ ਦੇ ਦੇਸ਼ ਦੀ ਸਰਕਾਰ ਨੇ ਫੌਜਾਂ ਭੇਜ ਕੇ ਕਿਹੜੇ ਕਿਹੜੇ ਦੇਸ਼ ਦੇ ਵਿਚ ਕੀ ਕੀ ਗੁਨਾਹ ਕੀਤੇ ਸੀ, ਤੇ ਇਹੋ ਜਿਹੇ ਪੱਖ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਮੰਨਣਾ ਚਾਹੀਦਾ ਕਿ ਠੀਕ ਰਾਹ ਤੇ ਆਏ ਨੇ। ਜੀ ਬਿਲਕੁਲ, ਤੇ ਪੰਤ ਸਾਹਿਬ ਨਾਲ ਹੀ ਅਸੀਂ ਹੁਣ ਜਦੋਂ ਇੰਟਰਨੈਸ਼ਨਲ ਖ਼ਬਰ ਦੇ ਉੱਤੇ ਧਿਆਨ ਮਾਰਦੇ ਹਾਂ ਤਾਂ ਅਸੀਂ ਸ੍ਰੀਲੰਕਾ ਦੀ ਖ਼ਬਰ ਵੀ ਸਾਂਝੀ ਕਰ ਹੀ ਲਈਏ। ਉੱਥੇ ਹੁਣ ਰਾਸ਼ਟਰਪਤੀ ਇੱਕੋ ਪਰਿਵਾਰ ਦੇ ਵਿਚੋਂ ਦੂਜਾ ਮੁੰਡਾ ਬਣ ਗਿਆ ਜੀ। ਅੱਗੇ ਵੀ ਇੱਕ ਵਾਰੀ ਬਣਿਆ ਸੀ ਜਦੋਂ ਭੰਡਾਰ ਨਾਇਕ ਦੋਵੇਂ ਮਾਂ ਧੀ, ਇੱਕ ਰਾਸ਼ਟਰਪਤੀ ਹੁੰਦੀ ਸੀ ਇੱਕ ਪ੍ਰਧਾਨ ਮੰਤਰੀ ਹੁੰਦੀ ਸੀ। ਇਕੱਲਾ ਭਾਰਤ ਵਿਚ ਹੀ ਪਤਾ ਪੁਰਖ ਇੰਨੇ ਟੱਬਰਵਾਦ ਨੀ ਗਾ, ਇਹ ਪਰਿਵਾਰਵਾਦ ਕਈ ਦੇਸ਼ਾਂ ਚ ਆ ਗਿਆ, ਉਨ੍ਹਾਂ ਦੇ ਵਿਚੋਂ ਹੁਣ ਤੁਸੀਂ ਸਮਝ ਲੋ ਕਿ ਸ੍ਰੀਲੰਕਾ ਚ ਵੀ ਪਹੁੰਚ ਗਿਆ। ਇਹ ਹੁਣ ਛੋਟਾ ਭਰਾ ਰਾਸ਼ਟਰਪਤੀ ਬਣਿਆ ਤੇ ਵੱਡਾ ਜਿਹੜਾ ਉਹ ਪ੍ਰਧਾਨ ਮੰਤਰੀ ਬਣ ਗਿਆ। ਅਜੇ ਇੱਕ ਸਾਲ ਪਹਿਲਾਂ ਤੱਕ ਇਹਨਾਂ ਦੋਵਾਂ ਭਰਾਵਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਚੱਲਦੇ ਸੀ ਤੇ ਲੋਕੀ ਥੂ ਥੂ ਕਰਦੇ ਹੁੰਦੇ ਸਨ। ਹੁਣ ਕਿਉਂਕਿ ਰਾਸ਼ਟਰਪਤੀ ਬਣ ਗਿਆ ਛੋਟਾ ਭਰਾ, ਉਹਦੇ ਬਣਦੇ ਸਾਰ ਹੀ ਦੇਸ਼ ਦੇ ਜਿਹੜਾ ਸਭ ਤੋਂ ਵੱਡਾ ਅਟਾਰਨੀ ਜਨਰਲ ਹੈ ਉਹਨੇ ਜਾ ਕੇ ਆਪਣੀ ਹਾਈਕੋਰਟ ਚ ਅਰਜੀ ਦੇ ਦਿੱਤੀ ਕਿ ਦੇਸ਼ ਕਿਸੇ ਵੀ ਦੁਨੀਆਂ ਦੇ ਦੇਸ਼ ਵਿਚ ਰਾਸ਼ਟਰਪਤੀ ਦੇ ਖਿਲਾਫ਼ ਮੁਕਦਮਾ ਨਹੀਂ ਚੱਲਦਾ, ਇਸ ਕਰਕੇ ਸ੍ਰੀਲੰਕਾ ਵਿਚ ਵੀ ਨਹੀਂ ਚੱਲ ਸਕਦਾ। ਤੇ ਇਹ ਸ੍ਰੀਲੰਕਾ ਦਾ ਰਾਸ਼ਟਰਪਤੀ ਜਿਹੜਾ ਇਹਦੇ ਖਿਲਾਫ਼ ਇੰਨੇ ਕੇ ਕੇਸ ਨੇ ਤੇ ਮੈਂ ਬੇਨਤੀ ਕਰਦਾ ਅਦਾਲਤ ਨੂੰ ਕਿ ਸਾਰੇ ਕੇਸ ਡਰਾਪ ਕਰ ਦਿੱਤੇ ਜਾਣ, ਕਿਉਂਕਿ ਉਹ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਖਿਲਾਫ਼ ਕੇਸ ਨਹੀਂ ਚੱਲ ਸਕਦਾ, ਉਹ ਆਪਣੇ ਦੇਸ਼ ਦਾ ਸੰਵਿਧਾਨਕ ਮੁਖੀ ਹੈ। ਜੇ ਅਰਜੀ ਝੱਟ ਅਦਾਲਤ ਨੇ ਪ੍ਰਵਾਨ ਕਰ ਲਈ ਉਹਨੂੰ ਸਾਰੇ ਕੇਸਾਂ ਤੋਂ ਬਰੀ ਕਰਤਾ, ਜੋ ਮਰਜ਼ੀ ਲੁੱਟ ਖੋਹ ਕੀਤੀ ਹੋਵੇ ਕਰਤਾ। ਪਰ ਇਹ ਉਨ੍ਹਾਂ ਦਾ ਕਹਿਣਾ ਗਲਤ ਹੈ ਕਿ ਦੁਨੀਆਂ ਦੇ ਕਿਸੇ ਦੇਸ਼ ਵਿਚ ਨਹੀਂ ਚੱਲ ਸਕਦਾ, ਸਾਡੇ ਜਿਹੜੀ ਹੈਗੇ ਹੁੰਦਿਆਂ ਹੀ ਅਜੇ ਇਸੇ ਸਾਲ ਦੀ ਇੱਕ ਘਟਨਾ ਹੈਗੀ ਆ, ਉੱਥੇ ਦੱਖਣੀ ਕੋਰੀਆ ਦੇ ਵਿਚ ਰਾਸ਼ਟਰਪਤੀ ਹੁੰਦੀ ਸੀ ਪਾਰਕ ਗਵੇਨ ਹੂ, ਉਹ ਜੀ ਪਾਰਕ ਗਵੇਨ ਹੂ ਸੀ ਉਹਦੇ ਖਿਲਾਫ਼ ਮੁਕਦਮਾ ਚੱਲਿਆ ਰਾਸ਼ਟਰਪਤੀ ਹੁੰਦਿਆਂ ਚੱਲਿਆ, ਉਹ ਨਹੀਂ ਮੰਨੀ, ਫਿਰ ਉਹਨੂੰ ਆਖਿਆ ਤੇਰੇ ਤੇ ਇੰਪੀਚਮੈਂਟ ਮੋਸ਼ਨ ਕਰਾਂਗੇ, ਇੰਪੀਚਮੈਂਟ ਮੋਸ਼ਨ ਹੋ ਗਿਆ, ਪਾਰਲੀਮੈਂਟ ਨੇ ਬਹੁਤ ਸੰਮਤੀ ਨਾਲ ਮਹਾਂਦੋਸ਼ ਦਾ ਮਤਾ ਪਾਸ ਕਰਤਾ। ਉਸ ਮਤੇ ਦੇ ਉੱਤੇ ਬਕਾਇਦਾ ਜਿਹੜਾ ਕਮਿਸ਼ਨ ਸੀ ਉਹਦੀ ਮੋਹਰ ਲੱਗ ਗਈ, ਮੋਹਰ ਤੋਂ ਬਾਅਦ ਉਸ ਬੀਬੀ ਨੂੰ ਰਾਸ਼ਟਰਪਤੀ ਭਵਨ ਵੀ ਛੱਡਣਾ ਪਿਆ, ਫਿਰ ਉਹਦੀ ਗ੍ਰਿਫ਼ਤਾਰੀ ਵੀ ਹੋਈ, ਜੇਲ੍ਹ ਚ ਵੀ ਗਈ। ਇਸ ਤਰ੍ਹਾਂ ਕੁਝ ਦੇਸ਼ਾਂ ਵਿਚ ਹੈਗਾ ਕਿ ਉੱਥੇ ਰਾਸ਼ਟਰਪਤੀ ਤੇ ਵੀ ਮੁਕਦਮਾ ਚੱਲ ਸਕਦਾ, ਪਰ ਭਾਰਤ ਹੋਵੇ, ਪਾਕਿਸਤਾਨ ਹੋਵੇ, ਸ੍ਰੀਲੰਕਾ ਹੋਵੇ, ਨੇਪਾਲ ਹੋਵੇ, ਇਨ੍ਹਾਂ ਦੇਸ਼ਾਂ ਵਿਚ ਅਜੇ ਤੱਕ ਇਹ ਹੈ ਕਿ ਰਾਸ਼ਟਰਪਤੀ ਮੁਕਦਮਾ ਚਲਾਉਣ ਦੀ ਆਗਿਆ ਦੇ ਸਕਦਾ, ਉਹਦੇ ਆਪਣੇ ਖਿਲਾਫ਼ ਮੁਕਦਮਾ ਨਹੀਂ ਚੱਲ ਸਕਦਾ। ਜੀ ਹੁਣ ਸਾਹਿਬ ਮਹਾਰਾਸ਼ਟਰ ਦੀ ਸਥਿਤੀ ਕਿਵੇਂ ਜਾਏ ਜੀ? ਹੁਣ ਹੁਣੇ ਹੁਣੇ ਖ਼ਬਰ ਆਈ ਹੈ ਤਾਜ਼ਾ ਜੀ ਕਿ ਤਿੰਨ ਪਾਰਟੀਆਂ ਦਾ ਸਮਝੌਤਾ ਹੋ ਗਿਆ, ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ ਤੇ ਸ਼ਿਵ ਸੈਨਾ। ਜਿਹੜੀ ਸਰਕਾਰ ਹੈ ਉਹਦੀ ਅਗਵਾਈ ਸ਼ਿਵ ਸੈਨਾ ਕਰੇਗੀ, ਤੇ ਸ਼ਿਵ ਸੈਨਾ ਵੱਲੋਂ ਵੀ ਪਹਿਲਾਂ ਇਹ ਚਰਚਾ ਸੀ ਕਿ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਦਾ ਪੁੱਤਰ ਆਦਿਤਿਆ ਠਾਕਰੇ ਦਾ ਸਰਕਾਰ ਦੀ ਅਗਵਾਈ ਕਰੇਗਾ। ਮੇਰੇ ਖਿਆਲ ਦੂਸਰੀਆਂ ਪਾਰਟੀਆਂ ਨੇ ਜ਼ੋਰ ਪਾਇਆ ਕਿ ਜੇ ਮੁੰਡਾ ਨਵਾਂ ਪਹਿਲੀ ਵਾਰ ਉਹ MLA ਬਣਿਆ, ਯੂਥ ਲੀਡਰ ਜ਼ਰੂਰ ਹੈ, ਉਹਨੂੰ ਕੀ ਪਤਾ ਸਰਕਾਰ ਕੀ ਹੁੰਦੀ ਹੈ। ਉਨ੍ਹਾਂ ਦੇ ਜ਼ੋਰ ਪਾਉਣ ਤੋਂ ਬਾਅਦ ਸਹਿਮਤੀ ਇਸ ਗੱਲ ਤੇ ਬਣੀ ਹੈ ਕਿ ਸ਼ਿਵ ਸੈਨਾ ਦਾ ਮੁਖੀ ਉਧਵ ਠਾਕਰੇ ਖੁਦ ਮੁੱਖ ਮੰਤਰੀ ਬਣੇਗਾ ਤੇ ਦੂਸਰੀਆਂ ਦੋਵੇਂ ਪਾਰਟੀਆਂ ਉਹਨੂੰ ਸਪੋਰਟ ਕਰਨਗੀਆਂ। ਬੜਾ ਰੌਲਾ ਪੈਂਦਾ ਕਿ ਸ਼ਿਵ ਸੈਨਾ ਦੇ ਨਾਲ ਕਾਂਗਰਸ ਦੀ ਸਰਕਾਰ ਹੈ, ਇਹ ਕਿੱਦਾਂ ਚੱਲ ਸਕਦੀ ਹੈ? ਕਾਂਗਰਸੀ ਵੀ ਪਹਿਲਾਂ ਕਹਿੰਦੇ ਸੀ ਅਸੀਂ ਉਨ੍ਹਾਂ ਨਾਲ ਕਿੱਦਾਂ ਬੈਠਾਂਗੇ, ਹੁਣ ਉਹ ਹੀ ਕਾਂਗਰਸੀ ਤੇ ਉਹ ਸ਼ਿਵ ਸੈਨਾ ਉਹ ਮਿਲ ਕੇ ਸਾਂਝੀ ਸਰਕਾਰ ਵੀ ਬਣਾਉਣ ਲੱਗੇ ਨੇ, ਔਰ ਸਰਕਾਰ ਬਾਰੇ ਸਹਿਮਤੀਆਂ ਜਿੱਦਾਂ ਹੁੰਦੀਆਂ ਪਈਆਂ। ਇੱਕ ਰਾਏ ਇਹ ਚੱਲਦੀ ਸੀ ਕਿ ਸਪੀਕਰ ਕਾਂਗਰਸ ਦਾ ਜਾਂ NCP ਦਾ ਬਣਾਇਆ ਜਾਵੇ। ਸ਼ਿਵ ਸੈਨਾ ਨੂੰ ਪਤਾ ਕਿ ਜੇ ਇਹੋ ਜਿਹਾ ਕੋਈ ਆਤਾ ਦਾ ਮੌਕਾ ਹੋਵੇ ਤੇ ਫਿਰ ਸਪੀਕਰ ਦਾ ਰੋਲ ਬੜਾ ਵੱਡਾ ਹੁੰਦਾ, ਸਰਕਾਰ ਨੂੰ ਬਚਾ ਵੀ ਸਕਦਾ, ਡੇਗ ਵੀ ਸਕਦਾ। ਤੇ ਉਨ੍ਹਾਂ ਨੇ ਪਹਿਲਾਂ ਇਹ ਗੱਲ ਮਨਾ ਲਈ ਹੈ ਕਿ ਸਪੀਕਰ ਤਾਂ ਹੋਊਗਾ ਸਾਡਾ ਆਪਣਾ, ਤੁਸੀਂ ਬਾਕੀ ਦੱਸੋ ਤੁਹਾਨੂੰ ਕਿਹੜੀਆਂ ਵਜ਼ੀਰੀਆਂ ਚਾਹੀਦੀਆਂ, ਕਿਹੜੇ ਮਹਿਕਮੇ ਚਾਹੀਦੇ, ਉਹ ਆਪਾਂ ਗੱਲ ਕਰ ਲਾਂਗੇ, ਪਰ ਸਪੀਕਰ ਅਸੀਂ ਆਪਣਾ ਰੱਖਣਾ। ਜਿਹੜੀ ਗੱਲ ਦਾ ਡਰ ਹੈ ਉਹ ਹੋਰ ਹੈ, ਬੀਜੇਪੀ ਅਜੇ ਤੱਕ ਆਖੀ ਜਾਂਦੀ ਇਹਨਾਂ ਨੂੰ ਜੋੜ ਤੋੜ ਕਰੀ ਜਾਣ ਦਿਓ, ਸਰਕਾਰ ਇਹਨਾਂ ਦੀ ਨਹੀਂ ਬਣਨੀ, ਸਾਡੀ ਬਣਨੀ ਹੈ। ਇੱਥੇ ਆ ਕੇ ਥੋੜਾ ਸੋਚੀ ਪੈ ਜਾਏਗਾ ਕਿ ਜੇ 54 ਇਹਨਾਂ ਦੇ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ, 56 ਹੈਗੇ ਨੇ ਉਹਨਾਂ ਦੇ ਸ਼ਿਵ ਸੈਨਾ ਦੇ, ਤੇ 44 ਕਾਂਗਰਸ ਦੇ ਕੋਲ ਹੈ, ਇਹਨਾਂ ਦੇ ਕੋਲ ਬਹੁਤ ਸੰਮਤੀ ਤੋਂ ਵੱਧ ਬਣ ਜਾਂਦੇ ਤਿੰਨਾਂ ਦੇ, ਤੇ ਫਿਰ ਬੀਜੇਪੀ ਇਹ ਕਿੱਦਾਂ ਕਹਿੰਦੀ ਹੈ ਕਿ ਅਸੀਂ ਇਹਨਾਂ ਦੀ ਸਰਕਾਰ ਨਹੀਂ ਬਣ ਦੇਣੀ ਤੇ ਅਸੀਂ ਤੋੜ ਲੈਣੇ? ਇਹ ਕਿਸੇ ਦੇ ਸਮਝ ਨਹੀਂ ਆਉਂਦਾ, ਪਰ ਮੇਰੇ ਸਮਝੇ ਗੱਲ ਆਉਂਦੀ ਹੈ ਕੁਛ ਕੁਛ। ਉਹ ਇਹ ਕਿ ਇੱਕ ਵਾਰੀ ਗੁਜਰਾਤ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਚੋਣ ਹੋਣੀ ਸੀ,
ਜੀ ਕਾਂਗਰਸ ਦੇ ਕੋਲ ਇੰਨੇ ਬੰਦੇ ਹੈਗੇ ਸੀ ਕਿ ਆਪਣਾ ਇੱਕ ਬੰਦਾ ਜਿਤਾ ਸਕਣ। ਉਨ੍ਹਾਂ ਨੇ ਸੋਨੀਆ ਗਾਂਧੀ ਦਾ ਸਭ ਤੋਂ ਨੇੜਲਾ ਰਾਜਸੀ ਸਲਾਹਕਾਰ ਅਹਿਮਦ ਪਟੇਲ ਖੜਾ ਕੀਤਾ ਸੀ ਜੀ। ਮੁਕਾਬਲੇ ਦੇ ਵਿਚ ਇਕ ਤਾਂ ਅਮਿਤ ਸ਼ਾਹ ਸੀ ਤੇ ਇਕ ਹੋਰ ਸੀ, ਦੋ ਸੀਟਾਂ ਦੀ ਚੋਣ ਸੀ, ਉਹ ਦੋ ਚੁਣੇ ਜਾਣੇ ਤੇ ਇਕ ਰਹਿ ਜਾਣਾ ਸੀ। ਬੀਜੇਪੀ ਚਾਹੁੰਦੀ ਸੀ ਕਿ ਦੋਵੇਂ ਉਹਦੇ ਚੁਣੇ ਜਾਣ ਤੇ ਕਾਂਗਰਸ ਨੇ ਇਕੋ ਖੜਾ ਕੀਤਾ ਸੀ ਕਿ ਸਾਡੀਆਂ ਸਾਰੀਆਂ ਵੋਟਾਂ ਇਸੇ ਨੂੰ ਪੈਣਗੀਆਂ। ਬੀਜੇਪੀ ਦਾ ਦਬਾਅ ਵਧਦਾ ਵੇਖ ਕੇ ਕਾਂਗਰਸ ਆਪਣੇ ਸਾਰੇ MLA ਚੁੱਕ ਕੇ ਕਰਨਾਟਕਾ ਚ ਲੈ ਗਈ, ਉਥੇ ਇਕ ਰਿਸਾਰਟ ਦੇ ਵਿਚ ਰੱਖੇ ਗਏ। ਰਿਸਾਰਟ ਦੇ ਵਿਚ ਜਿੱਥੇ ਰੱਖੇ ਸੀ ਉਨ੍ਹਾਂ ਦੇ ਹੁੰਦਿਆਂ ਤੇ ਉਥੇ ਇਨਕਮ ਟੈਕਸ ਤੇ ਇਨਫੋਰਸਮੈਂਟ ਤੇ ਰੇਡ ਕਰਾਏ ਗਏ। ਇਹਦੇ ਬਾਵਜੂਦ ਬੰਦੇ ਡਟੇ ਰਹੇ, ਕਾਂਗਰਸ ਬੜੀ ਚੜ੍ਹਤ ਵਿਚ ਸੀ। ਉਨ੍ਹਾਂ ਬੰਦਿਆਂ ਨੂੰ ਕਾਂਗਰਸ ਉਥੇ ਲੈ ਇੰਨੇ ਦਿਨ ਰੱਖਦੀ ਰਹੀ, ਉਨ੍ਹਾਂ ਬੰਦਿਆਂ ਨੂੰ ਕਾਂਗਰਸ ਜਹਾਜ਼ ਤੇ ਲੈ ਕੇ ਆਈ, ਫਿਰ ਆਪਣੀਆਂ ਦੋ ਬੱਸਾਂ ਦੇ ਵਿਚ ਇਕੱਠਿਆਂ ਲੱਦ ਕੇ ਤੇ ਉਥੇ ਅਸੈਂਬਲੀ ਭਵਨ ਲੈ ਕੇ ਗਈ। ਉਹ ਨਾਰੇ ਮਾਰਦੇ ਇਕੱਠੇ ਗਏ, ਜਦੋਂ ਅੰਦਰ ਚਲੇ ਗਏ ਤੇ ਅੰਦਰ ਜਾ ਕੇ ਉਨ੍ਹਾਂ ਚੋਂ ਦੋ ਜਣਿਆਂ ਨੇ ਕਾਂਗਰਸ ਦੇ ਖਿਲਾਫ਼ ਭਾਜਪਾ ਨੂੰ ਵੋਟ ਪਾਈ, ਤੇ ਉਹ ਉਨ੍ਹਾਂ ਦੀ ਵੋਟ ਜਿਹੜੀ ਆ ਉੱਥੇ ਨਿਸ਼ਾਨੀ ਲਾਉਣੀ ਹੁੰਦੀ, ਉੱਥੇ ਸਟੈਂਪ ਸਟੁੰਪ ਨਹੀਂ ਲੱਗਦੀ ਤੇ ਉੱਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਹੀਂ ਹੁੰਦੀ। ਸਟੈਂਪ ਲਾ ਕੇ ਉਨ੍ਹਾਂ ਨੇ ਆਪਣੇ ਵੱਲੋਂ ਨਿਸ਼ਾਨ ਲਾ ਕੇ ਕਹੀ ਬੀਜੇਪੀ ਨੂੰ ਵੋਟ ਪਾਈ ਹੈ, ਤੇ ਉਹ ਨਿਸ਼ਾਨ ਵਾਲੇ ਕਾਗਜ਼ ਅਮਿਤ ਸ਼ਾਹ ਨੂੰ ਵਿਖਾਏ, ਤੇ ਜਿੱਥੇ ਅਮਿਤ ਸ਼ਾਹ ਬੈਠਾ ਸੀ ਨਾਲ ਦੀ ਸੀਟ ਤੇ ਦੂਸਰਾ ਉਮੀਦਵਾਰ ਕਾਂਗਰਸ ਅਹਿਮਦ ਪਟੇਲ ਵੀ ਬੈਠਾ ਸੀ ਜੀ। ਸਾਰੇ ਹੈਰਾਨ ਸੀ ਕਿ ਤੁਮੇ ਜਿਹੜੇ ਆ ਬਾਕੀਆਂ ਦੇ ਨਾਲ ਇੰਨੇ ਦਿਨ ਕਰਨਾਟਕ ਵਿਚ ਰਹਿ ਕੇ ਆਏ, ਇੱਥੇ ਆਉਣ ਤੱਕ ਤੇ ਕਹਿੰਦੇ ਸੀ ਅਸੀਂ ਪਾਰਟੀ ਦੇ ਨਾਲ, ਤੇ ਅੰਦਰ ਆ ਕੇ ਵੋਟ ਪਾਉਣ ਲੱਗਿਆ ਬਦਲ ਗਏ, ਤੇ ਅਮਿਤ ਸ਼ਾਹ ਨੂੰ ਵਿਖਾਉਣ ਡੇ ਜੀ ਅਸੀਂ ਤੁਹਾਨੂੰ ਵੋਟ ਪਾਤੀ ਨੰਬਰ ਬਣਾਉਂਦੇ ਪਏ, ਇਹ ਕਿੱਦਾਂ ਹੋ ਗਿਆ। ਇੱਥੋਂ ਤੱਕ ਵੀ ਬੀਜੇਪੀ ਪਹੁੰਚ ਕਰ ਸਕਦੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਮਤਲਬ ਕਿਸੇ ਨੂੰ ਵੀ ਕਿਸੇ ਹੱਦ ਤੱਕ ਜਾ ਕੇ ਉਥੋਂ ਕੱਢਿਆ ਜਾਵੇ। ਆ ਦੋ ਦਿਨ ਪਹਿਲਾਂ ਫੋਨ ਖ਼ਬਰ ਆਈ ਸੀ ਕਿ ਸ਼ਿਵ ਸੈਨਾ ਨੇ ਆਪਣੇ ਸਾਰੇ MLA ਜਿਹੜੇ ਹੋਟਲ ਚ ਰੱਖੇ ਆ, ਜਦੋਂ ਚਾਰ ਪੰਜ ਦਿਨ ਹੋ ਗਏ ਉਥੇ ਰਹਿੰਦੇ ਆ, ਤੇ ਹੌਲੀ ਹੌਲੀ ਖਿੱਚਣ ਵੀ ਲੱਗ ਪਏ, ਲੜਨ ਵੀ ਲੱਗ ਪਏ ਇੱਕ ਦਿਨ ਕਿ ਕੀ ਸਾਨੂੰ ਤਾੜ ਕੇ ਰੱਖਿਆ, ਅਸੀਂ ਕੋਈ ਜਾਨਵਰ ਆ, ਸਾਨੂੰ ਬਾਹਰ ਕਿਉਂ ਨੀ ਜਾਣ ਦਿੰਦੇ। ਉਦੋਂ ਫਿਰ ਉਧਰ ਠਾਕਰੇ ਨੂੰ ਸਾਰੇ ਕੰਮ ਛੱਡ ਕੇ ਭੱਜ ਕੇ ਉਥੇ ਪਹੁੰਚਣਾ ਪਿਆ ਸੀ ਤੇ ਜਾ ਕੇ ਸਥਿਤੀ ਸੰਭਾਲੀ ਸੀ। ਮੈਨੂੰ ਇਹ ਲੱਗਦਾ ਕਿ ਜਿਹੜੀ ਬੀਜੇਪੀ ਅਜੇ ਵੀ ਆਖੀ ਜਾਂਦੀ ਹੈ ਨਾ ਕਿ ਸਰਕਾਰ ਇਨ੍ਹਾਂ ਦੀ ਬਣਨੀ, ਸਰਕਾਰ ਤਾਂ ਅਸੀਂ ਬਣਾਉਣੀ ਹੈ, ਉਹਦੇ ਚ ਇੱਕ ਵੱਟ ਹੋ ਸਕਦਾ ਕਿ ਜਦੋਂ ਇਹ ਅਸੈਂਬਲੀ ਭਵਨ ਨੂੰ ਜਾਣ ਲੱਗਣ, ਇਨ੍ਹਾਂ ਦੇ ਵਿਚੋਂ 10-15-20 MLA ਜਿਹੜੇ ਆ ਉਹ ਹੌਲੀ ਜਿਹੀ ਜਾ ਕੇ ਜਾਂ ਤਾਂ ਅਸਤੀਫਾ ਦੇ ਦੇਣ ਜਾਂ ਅਸੈਂਬਲੀ ਹਾਲ ਚ ਵੜਨੀ ਨਾ ਕਹਿਣ ਜੀ ਅਸੀਂ ਛੱਡ ਗਏ ਆ, ਉਹ ਗੁੱਟਬੰਦੀ ਕਰਕੇ ਇੱਕ ਨਵੀਂ ਪਾਰਟੀ ਖੜੀ ਕਰ ਲੈਣ, ਇਹ ਸਭ ਕੁਝ ਹੀ ਹੋ ਸਕਦਾ ਜੀ। ਪੰਤ ਸਾਹਿਬ ਹੋ ਤਾਂ ਸਭ ਕੁਝ ਹੀ ਸਕਦਾ, ਇਹ ਤਾਂ ਮੰਨਣਾ ਪਊਗਾ, ਔਰ ਇਹ ਉਦੋਂ ਹੋ ਸਕਦਾ ਜਦੋਂ ਇੱਕ ਉਹ ਆਗੂ ਉਹ ਸਾਧਵੀ ਜਿਹਦੇ ਉੱਤੇ ਦੋਸ਼ ਲੱਗਦੇ ਹੋਣ ਇਹ ਕਿ ਦੇਸ਼ ਦੇ ਵਿਚ ਅੱਤਵਾਦੀ ਘਟਨਾਵਾਂ ਦੇ ਵਿਚ ਸ਼ਾਮਲ ਹੈ, ਤੇ ਹੁਣ ਉਹ ਦੇਸ਼ ਦੇ ਰੱਖਿਆ ਮੰਤਰਾਲੇ ਦੀ ਕਮੇਟੀ ਦੀ ਮੈਂਬਰ ਹੈ। ਵੇਖ ਲੋ ਕਮਾਲ ਦੀ ਗੱਲ ਹੈ, ਜਿਹੜੀ ਬੀਬੀ ਤੇ ਦੋਸ਼ ਲੱਗਦੇ ਸਨ ਕਿ ਉਹਨੇ ਬੰਬ ਧਮਾਕੇ ਕੀਤੇ ਆ ਜੀ, ਦੇਸ਼ ਦੀ ਰੱਖਿਆ ਵਾਸਤੇ ਵੀ ਖਤਰਾ ਬਣੀ ਹੈ, ਉਹ ਪਾਰਲੀਮੈਂਟ ਵੱਲੋਂ ਦੇਸ਼ ਦੀ ਰੱਖਿਆ ਬਾਰੇ ਕਮੇਟੀ ਦੀ ਮੈਂਬਰ ਹੈ। ਪਾਰਲੀਮੈਂਟ ਬੜੀਆਂ ਕਮੇਟੀਆਂ ਬਣਾਉਂਦੀ ਹੈ, ਉਹਦੀ ਇੱਕ ਸਪਲਾਈ ਖੁਰਾਕ ਸਪਲਾਈ ਵਾਸਤੇ ਵੀ ਹੁੰਦੀ ਹੈ ਇੱਕ ਕਮੇਟੀ, ਇੱਕ ਕਮੇਟੀ ਉਹਦੀ ਹੋਮ ਡਿਪਾਰਟਮੈਂਟ ਪੁਲਿਸ ਦੇ ਮਹਿਕਮੇ ਬਾਰੇ ਵੀ ਹੁੰਦੀ ਹੈ, ਇੱਕ ਉਹਦੀ ਕਮੇਟੀ ਵਿਦੇਸ਼ੀ ਮਾਮਲਿਆਂ ਬਾਰੇ ਵੀ ਹੁੰਦੀ ਹੈ, ਇੱਕ ਉਹਦੀ ਕਮੇਟੀ ਪਬਲਿਕ ਅਕਾਊਂਟਸ ਬਾਰੇ ਵੀ ਹੁੰਦੀ ਹੈ, ਇੱਦਾਂ ਹੀ ਇੱਕ ਕਮੇਟੀ ਫੌਜਾਂ ਦੇ ਕੰਮਾਂ ਵਾਸਤੇ ਡਿਫੈਂਸ ਦੇ ਮਾਮਲਿਆਂ ਵਾਸਤੇ ਹੁੰਦੀ ਹੈ। ਇਹਨੂੰ ਸਾਧਵੀ ਪ੍ਰਗਿਆ ਨੂੰ ਡਿਫੈਂਸ ਵਾਲੀ ਕਮੇਟੀ ਚ ਪਾਇਆ ਗਿਆ। ਜਿਹੜੀ ਬੀਬੀ ਤੇ ਦੋਸ਼ ਹੈ ਕਿ ਇਹਨੇ ਬੰਬ ਧਮਾਕੇ ਕਰਵਾ ਕੇ ਇੰਨੇ ਲੋਕ ਮਰਵਾ ਤੇ, ਇਹ ਡਿਫੈਂਸ ਵਾਲੀ ਕਮੇਟੀ ਦੀ ਮੈਂਬਰ ਹੈ, ਤੇ ਕੱਲੀ ਇਹ ਮੈਂਬਰ ਨਹੀਂ ਜੀ, ਇਹਦੇ ਨਾਲ ਜਿਹੜੇ ਮੈਂਬਰ ਹੈ ਉਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਵੇਖੋ ਤੇ ਹੈਰਾਨ ਹੋਵੋਗੇ। ਮੈਂਬਰਾਂ ਚ ਬਾਕੀ ਦੀ ਗੱਲ ਛੱਡੋ, ਸ਼ਰਦ ਪਵਾਰ ਉਹਦੇ ਵਿਚ ਹੈ ਜੀ, ਕੋਈ ਨੀ, ਸ਼ਰਦ ਪਵਾਰ ਦੀ ਕੁੜੀ ਸੁਪ੍ਰਿਆ ਸੂਲੇ ਉਹਦੇ ਵਿਚ ਹੈ ਜੀ, ਜਿਹਦੇ ਉੱਤੇ ਪੁਣੇ ਦੇ ਵਿਚ ਮਹਾਰਾਸ਼ਟਰ ਦੇ ਵਿਚ ਬਹੁਤ ਵੱਡਾ ਕਈ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼ ਲੱਗਦਾ ਜੀ। ਇਹ ਤੋਂ ਵੀ ਵੱਡੀ ਗੱਲ ਇਹ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੱਕ 2G ਸਪੈਕਟਰਮ ਦਾ ਘੁਟਾਲਾ ਹੋਇਆ ਸੀ, 2.25 ਲੱਖ ਕਰੋੜ ਦਾ ਘੁਟਾਲਾ ਸੀ, ਤੇ ਜਿਹਨੇ ਉਹ ਕੀਤਾ ਸੀ ਉਸ ਘੁਟਾਲੇ ਦਾ ਮਾਸਟਰ ਮਾਈਂਡ ਉਦੋਂ ਦਾ ਮੰਤਰੀ, ਟੈਲੀਕਾਮ ਮੰਤਰੀ ਜਿਹਨੂੰ ਅਸਤੀਫਾ ਦੇਣਾ ਪਿਆ ਤੇ ਜੇਲ੍ਹ ਜਾਣਾ ਪਿਆ ਸੀ, ਮਿਸਟਰ ਏ ਰਾਜਾ, ਉਹ ਵੀ ਇਸੇ ਕਮੇਟੀ ਚ। ਇਹਨਾਂ ਸਾਰਿਆਂ ਤੋਂ ਵੱਡੀ ਗੱਲ ਇਹ ਕਿ ਇਸ ਕਮੇਟੀ ਚ ਜਿੱਥੇ ਇੱਕ ਪਾਸੇ ਸਿਰੇ ਦੀ ਕੱਟੜਪੰਥੀ ਹਿੰਦੂ ਲੀਡਰ ਪ੍ਰਗਿਆ ਸਾਧਵੀ ਨੂੰ ਸ਼ਾਮਲ ਕੀਤਾ ਗਿਆ, ਦੂਜੇ ਪਾਸੇ ਜੰਮੂ ਕਸ਼ਮੀਰ ਦੇ 3 ਵਾਰੀਆਂ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਵੀ ਇਸੇ ਕਮੇਟੀ ਚ ਪਾਇਆ ਗਿਆ ਜੀ। ਜਿਹੜੀ ਕਮੇਟੀ ਦੇ ਵਿਚ ਫੈਸਲੇ ਹੋਣੇ ਆ ਦੇਸ਼ ਦੀ ਸੋਚ ਵਿਚਾਰ ਦੇ, ਰੱਖਿਆ ਦੇ, ਡਿਫੈਂਸ ਦੇ, ਉਸ ਕਮੇਟੀ ਚ ਫਾਰੂਕ ਅਬਦੁੱਲੇ ਨੂੰ ਪਾਇਆ ਗਿਆ, ਉਸੇ ਫਾਰੂਕ ਅਬਦੁੱਲੇ ਨੂੰ ਜਿਹਦੇ ਬਾਰੇ ਇੱਕ ਦਿਨ ਪਹਿਲਾਂ ਪਾਰਲੀਮੈਂਟ ਚ ਇਹ ਕਿਹਾ ਸੀ ਕਿ ਉਹ ਲੋਕਾਂ ਨੂੰ ਦੇਸ਼ ਦੇ ਖਿਲਾਫ਼ ਬਗਾਵਤ ਲਈ ਇਕਸਾਉਂਦਾ,
ਜਿਹੜਾ ਬੰਦਾ ਲੋਕਾਂ ਨੂੰ ਦੇਸ਼ ਦੇ ਖਿਲਾਫ ਬਗਾਵਤ ਲਈ ਉਕਸਾਉਂਦਾ ਸੀ ਉਹਨੂੰ ਫਿਰ ਫੌਜਾਂ ਬਾਰੇ ਕਮੇਟੀ ਚ ਕਦ ਲਈ ਪਾਤਾ ਜੇ? ਅਸਲ ਗੱਲ ਇਹ ਆ ਕਿ ਉਹਦੇ ਖਿਲਾਫ ਉਕਸਾਉਣ ਵਗੈਰਾ ਦੇ ਦੋਸ਼ ਵੀ ਗਲਤ ਨੇ। ਉਹ ਤਿੰਨ ਵਾਰੀਆਂ ਦਾ ਮੁੱਖ ਮੰਤਰੀ ਆ, ਉਹਦੀਆਂ ਤਿੰਨ ਪੀੜੀਆਂ ਨੇ ਲੋਕਾਂ ਦੀ ਸੇਵਾ ਕੀਤੀ ਆ ਤੇ ਦੇਸ਼ ਦੇ ਨਾਲ ਰਹੇ, ਭਾਰਤ ਦੀ ਏਕਤਾ ਅਖੰਡਤਾ ਦੀ ਗੱਲ ਕਰਦੇ ਰਹੇ ਨੇ ਤੇ ਅੱਜ ਉਹ ਦੇਸ਼ ਧਰੋਹੀ ਹੋ ਗਿਆ। ਉਹਦਾ ਨਾਮ ਇਹਦੇ ਵਿੱਚ ਪਾ ਦੇਣਾ ਤੇ ਸਾਧਵੀ ਪ੍ਰਗਿਆ ਦਾ ਵੀ ਪਾ ਦੇਣਾ, ਇੱਦਾਂ ਲੱਗਦਾ ਕਿ ਨਰਿੰਦਰ ਮੋਦੀ ਸਾਹਿਬ ਨੇ ਬੈਲੈਂਸਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਪ੍ਰਗਿਆ ਬਹੁਤਾ ਚੜਤ ਵਿਖਾਊਗੀ ਤੇ ਫਾਰੂਕ ਅਬਦੁੱਲੇ ਨੂੰ ਕਹਿ ਦਿਆ ਕਰਾਂਗੇ ਕਿ ਥੋੜਾ ਗਰਮੀ ਵਿਖਾ, ਤੇ ਜੇ ਇਹ ਜ਼ਿਆਦਾ ਗਰਮੀ ਵਿਖਾਊ ਤੇ ਪ੍ਰਗਿਆ ਨੂੰ ਕਹਿ ਦਿਆ ਕਰਾਂਗੇ ਕਿ ਥੋੜੀ ਜਿਹੀ ਝੰਡ ਕਰ ਦੇ। ਇਹਨਾਂ ਦੋਵਾਂ ਨੂੰ ਇੱਕੋ ਕਮੇਟੀ ਵਿੱਚ ਪਾਉਣ ਦਾ ਹੋਰ ਕੋਈ ਕਾਰਨ ਕਿਸੇ ਨੂੰ ਸਮਝ ਨਹੀਂ ਆਇਆ। ਜੀ ਪੰਜ ਸਾਹਿਬ, ਇਲੈਕਟੋਰਲ ਬੌਂਡ ਹੈ ਜਿਹੜਾ, ਇਹਦਾ ਰੌਲਾ ਰੱਪਾ ਬਹੁਤ ਹੈ, ਇਹ ਹੈ ਕੀ ਅਸਲ ਦੇ ਵਿੱਚ? ਸਰਕਾਰ ਕਈ ਕਿਸਮ ਦੀਆਂ ਸਕੀਮਾਂ ਕੱਢਦੀ ਹੈ, ਤੁਸੀਂ ਸੇਵਿੰਗ ਕਰਨੀ ਹੈ। ਇੱਥੇ ਕਿਸਾਨ ਵਿਕਾਸ ਪੱਤਰ ਹੈਗੇ ਨੇ, ਇੰਦਰਾ ਵਿਕਾਸ ਪੱਤਰ ਨੇ, ਜਿਨ੍ਹਾਂ ਚ ਅੱਜ ਪੈਸੇ ਲਾਓ ਤੇ ਪੰਜ ਸਾਢੇ ਪੰਜ ਸਾਲ ਬਾਅਦ ਦੁੱਗਣੇ ਹੋ ਜਾਂਦੇ, ਤੁਹਾਨੂੰ ਮਿਲ ਜਾਂਦੇ ਆ, ਲੋਕੀ ਉਹ ਚ ਪੈਸਾ ਲਾਉਂਦੇ ਹੀ ਆ। ਇਸੇ ਤਰ੍ਹਾਂ ਦਾ ਇੱਕ ਬਾਂਡ ਬਣਾਤਾ ਇਹਨਾਂ ਨੇ, ਇਲੈਕਸ਼ਨ ਬਾਂਡ, ਉਹਦੇ ਚ ਤੁਸੀਂ ਪੈਸੇ ਲਾ ਦਿਓ, ਜਿੰਨੇ ਦਾ ਉਹ ਬਾਂਡ ਹੈ ਤੁਸੀਂ ਉਹਨੇ ਪੈਸੇ ਕਿਸੇ ਪਾਰਟੀ ਨੂੰ ਚੰਦਾ ਦੇਣਾ ਚਾਹੁੰਦੇ ਆ, ਨਗਦ ਚੰਦਾ ਨਾ ਦਿਓ, ਬਾਂਡ ਜਾ ਕੇ ਦੇ ਦਿਓ। ਮਨਮੋਹਨ ਸਿੰਘ ਦੀ ਸਰਕਾਰ ਤੱਕ ਇਹ ਰਿਵਾਜ ਹੁੰਦਾ ਸੀ ਕਿ ਤੁਸੀਂ ਕਿਸੇ ਨੂੰ ਕੈਸ਼ ਪੈਸੇ ਦੇਣੇ ਆ ਤੇ 20,000 ਤੋਂ ਵੱਧ ਨਹੀਂ ਦੇ ਸਕਦੇ। ਜੇ ਤੁਸੀਂ 20,000 ਤੋਂ ਵੱਧ ਦਿੰਦੇ ਆ ਜੀ ਤੇ ਤੁਹਾਡਾ ਨਾਮ ਬਕਾਇਦਾ ਦਰਜ ਹੋਵੇਗਾ ਤੇ ਪੁੱਛਿਆ ਜਾਵੇਗਾ ਕਿ ਇਨਕਮ ਟੈਕਸ ਦੀ ਤੁਹਾਡੀ ਫਾਈਲ ਕੀ ਕਹਿੰਦੀ ਹੈ। ਉਹਦਾ ਫਿਰ ਤਰੀਕਾ ਇਹ ਸੀ ਕਿ ਜਿਹਨੇ 1,00,000 ਰੁਪਇਆ ਦੇਣਾ ਹੁੰਦਾ ਸੀ ਉਹਦੀਆਂ 1,00,000 ਰੁਪਏ ਦੀਆਂ 20,000 ਵਾਲੀਆਂ 5 ਰਸੀਦਾਂ ਕੱਟ ਦਿੰਦੇ ਸੀ ਜੀ, ਤੇ ਉਹਨਾਂ ਪੰਜਾਂ ਦੇ ਉੱਤੇ ਅੱਡੋ ਅੱਡ ਨਾਂ ਲਿਖ ਕੇ ਕਹਿੰਦੇ ਸੀ ਆ ਫਲਾਣ ਤੋਂ ਆਏ। ਜੇ 20,000 ਤੋਂ 1 ਰੁਪਇਆ ਵੱਧ ਹੋਵੇ ਤੇ ਫੇਰ ਹੀ ਬੰਦੇ ਦਾ ਨਾਂ ਦੇਣਾ ਪੈਂਦਾ, ਜੇ ਲੋਕੀ ਦੇਣੀ 20,000 ਜੀ ਤੇ ਕੋਈ ਹਰਜ ਨੀ, 1,00,000 ਦੀਆਂ 5 ਰਸੀਦਾਂ ਬਣਦੀਆਂ ਹੋਈ ਸੀ, ਤੇ ਜੇ 1 ਕਰੋੜ ਹੋਵੇ ਤੇ 500 ਬਣ ਜਾਂਦੀਆਂ ਸੀ। ਇੱਕ ਕਲਰਕ ਲਾਇਆ ਹੋਵੇ ਸ਼ਾਮ ਨੂੰ 500 ਰਸੀਦਾਂ ਕੱਟ ਦਿੰਦਾ ਸੀ, 1 ਕਰੋੜ ਰੁਪਏ ਦਾ ਭਾਂਡੇ ਦਾ ਲੁਕ ਜਾਂਦਾ ਸੀ। ਇਹਨਾਂ ਨੇ ਉਹਦੀ ਥਾਂ ਦੇ ਉੱਤੇ ਇਲੈਕਸ਼ਨ ਬਾਂਡ ਦਾ ਸਿਸਟਮ ਸ਼ੁਰੂ ਕਰਤਾ। ਅਰੁਣ ਜੇਤਲੀ ਜਿਹੜਾ ਹੁਣ ਦੁਨੀਆਂ ਤੇ ਨਹੀਂ, ਉਹ ਪਿਛਲੇ ਸਾਲ ਖਜ਼ਾਨਾ ਮੰਤਰੀ ਹੁੰਦਾ ਸੀ, ਸਕੀਮ ਉਹਨੇ ਕੱਢੀ ਸੀ ਕਿ ਇਲੈਕਸ਼ਨ ਬਾਂਡ ਲੋਕੀ ਲੈਣ, ਸਰਕਾਰ ਤੋਂ ਖਰੀਦ ਲਓ, ਕਿਸੇ ਨੇ 10,00,000 ਰੁਪਏ ਦੇ ਇਲੈਕਸ਼ਨ ਬਾਂਡ ਖਰੀਦ ਲਏ, ਉਹ ਇਲੈਕਸ਼ਨ ਬਾਂਡ 1,000-1,000 ਰੁਪਏ, 2,000-2,000 ਵਾਲੇ ਵੀ ਹੈ, 20,000 ਵਾਲੇ ਵੀ ਹੈਗੇ ਆ, ਉਹ ਖਰੀਦ ਕੇ ਆਪਣੇ ਕੋਲ ਰੱਖ ਲਏ, ਕੂਪਨ ਹੀ ਨੇ ਜੀ। ਕਿਸੇ ਨੇ 20,00,000 ਰੁਪਏ ਦੇ ਖਰੀਦ ਲਏ, ਕਿਸੇ ਨੇ 30 ਦੇ ਲੈ ਲਏ, ਫਰਜ਼ ਕਰੋ ਇੱਕ ਬੰਦੇ ਨੇ 20,00,000 ਰੁਪਏ ਦੇ ਬਾਂਡ ਖਰੀਦ ਲਏ, ਉਹਨੂੰ ਜਾਪਿਆ ਕਿ ਅਕਾਲੀ ਮੇਰੇ ਕੋਲ ਮੁੜ ਮੁੜ ਆਉਂਦੇ ਆ ਤੇ ਇਹਨਾਂ ਕੰਮ ਵੀ ਪੈਂਦਾ, ਉਹਨੇ 20,00,000 ਦੇ ਵਿੱਚੋਂ 5,00,000 ਰੁਪਇਆ ਅਕਾਲੀਆਂ ਨੂੰ ਦੇ ਦਿੱਤਾ ਜੀ, ਕਿਉਂਕਿ ਬਾਂਡ ਨੇ ਉੱਥੇ ਨਾ ਨੀ ਉਹਦਾ ਲਿਖਿਆ ਜਾਣਾ, ਨਾ ਉਹਨੂੰ ਇਨਕਮ ਟੈਕਸ ਵਾਲਿਆਂ ਨੇ ਪੁੱਛਣਾ। ਫਿਰ ਉਹਦੇ ਕੋਲ ਆਏ ਭਾਜਪਾ ਵਾਲੇ, ਉਹ ਕਹਿੰਦੇ ਅਕਾਲੀਆਂ ਦੇ ਭਾਈਵਾਲ ਨੇ, 5 ਅਕਾਲੀਆਂ ਨੂੰ ਦਿੱਤਾ, 2,00,000 ਇਹਨਾਂ ਨੂੰ ਦੇ ਦਿਓ। ਮੁੜ ਕੇ ਕਿਸੇ ਨੇ ਆ ਕੇ ਦੱਸਤਾ ਵੀ ਸਰਕਾਰ ਤਾਂ ਬਣਨੀ ਹੈ ਕਾਂਗਰਸ ਦੀ ਜੀ, ਇਹਨਾਂ ਨੂੰ 5 ਤੇ 2, 7 ਦਿੱਤਾ ਸੀ, ਕਾਂਗਰਸੀਆਂ ਨੂੰ 10,00,000 ਦੇ ਇਕੱਠੇ ਦੇ ਦਿੱਤੇ, ਆ ਲਓ ਜੀ ਤੁਸੀਂ ਚੁੱਕੋ ਆਪਾਂ ਤੁਹਾਡੇ ਵੀ ਨਾਲ ਆ। ਉਹ ਜਿੰਨੀਆਂ ਪਾਰਟੀਆਂ ਨੂੰ ਮਿਲੇ ਸੀ, ਅਰੁਣ ਜੇਤਲੀ ਨੇ 2 ਗੱਲਾਂ ਆਖੀਆਂ ਸੀ, ਪਹਿਲੀ ਤਾਂ ਇਹ ਕਿ ਇਹ ਬਾਂਡ ਜਿਹੜੇ ਆ 15% ਤੋਂ ਪਾਰਟੀਆਂ ਦੇ ਚੰਦੇ ਦੇ 15% ਤੋਂ ਵੱਧ ਨਹੀਂ ਹੋਣੇ ਚਾਹੀਦੇ ਜੀ, ਪਰ ਇੱਥੇ ਬਾਂਡ ਜਿਹੜੇ 90% ਤੱਕ ਚਲੇ ਗਏ, ਕਿਉਂਕਿ ਇਹਨਾਂ ਦੇ ਉੱਤੇ ਨਾਂ ਨੀ ਦੱਸਣਾ ਪੈਂਦਾ, ਇਸ ਕਰਕੇ ਹਰ ਕੋਈ ਬਾਂਡ ਹੀ ਦੇਈ ਜਾਂਦਾ ਜੀ। ਦੂਸਰੀ ਗੱਲ ਉਹਨੇ ਆਖੀ ਸੀ ਕਿ ਜਿਹੜੀਆਂ ਪਾਰਟੀਆਂ ਨੂੰ ਇਹ ਬਾਂਡ ਮਿਲਦੇ ਆ ਤੇ ਉਹਨਾਂ ਪਾਰਟੀਆਂ ਨੇ ਅੱਗੋ ਬੈਂਕ ਨੂੰ ਦੱਸ ਕੇ ਕੈਸ਼ ਕਰਾਉਣੇ ਆ, ਉਹਨਾਂ ਪਾਰਟੀਆਂ ਕੋਲ 15 ਦਿਨ ਦਾ ਟਾਈਮ ਹੋਊਗਾ 15 ਦਿਨ ਦੇ ਅੰਦਰ ਕੈਸ਼ ਕਰਾਉਣ ਜੀ, ਤੇ ਇੱਥੇ ਸਥਿਤੀ ਆ ਕਿ ਮਿਆਦ ਲੰਘ ਗਈ ਤੇ ਫਿਰ ਕੁਝ ਪਾਰਟੀਆਂ ਨੇ ਪਹੁੰਚ ਕੀਤੀ ਕਿ ਉਹ ਇਲੈਕਸ਼ਨ ਹੋਈ ਸੀ ਮਈ ਦੇ ਵਿੱਚ, ਉਦੋਂ ਫਲਾਣੇ ਬੰਦੇ ਨੇ 1,00,000 ਕਰੋੜ ਦੇ ਸਾਨੂੰ ਬਾਂਡ ਦਿੱਤੇ ਸੀ, ਉਦੋਂ ਅਸੀਂ ਕੈਸ਼ ਨਹੀਂ ਕਰਾ ਸਕੇ, ਸਾਡੇ ਹੁਣ ਕਰ ਦਿਓ। ਉਹ ਵੀ ਉਹਨਾਂ ਦੇ ਹੁਣ ਵੀ ਹੋਣੇ ਸ਼ੁਰੂ ਹੋ ਗਏ, ਰਿਜ਼ਰਵ ਬੈਂਕ ਨੇ ਮੰਨ ਲਿਆ ਕਿ ਪਾਰਟੀ ਗਲਤ ਨਹੀਂ ਕਹਿੰਦੀ, ਜੇ ਪਾਰਟੀ ਕਹਿੰਦੀ ਹੈ ਕਿ ਜਾਇਜ਼ ਨੇ ਤੇ ਜਾਇਜ਼ ਹੀ ਹੋਣੇ ਆ। ਏਦਾਂ ਜਿਹੜੇ ਇਲੈਕਸ਼ਨ ਬਾਂਡ ਦਿੱਤੇ ਜਾ ਰਹੇ ਆ, ਇਹ ਆਪਣੇ ਆਪ ਚ ਕਰਪਸ਼ਨ ਦਾ ਇੱਕ ਕੂਪਨ ਦਿੱਤਾ ਜਾ ਰਿਹਾ, ਇੱਕ ਨਵਾਂ ਰਾਹ ਲੱਭ ਲਿਆ। ਜਿੰਨੇ ਤੁਸੀਂ ਚੋਣ ਸੁਧਾਰ ਕਰਦੇ ਆ ਜੀ, ਉਹਨਾਂ ਸਾਰੇ ਸੁਧਾਰਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਚੋਰ ਮਘੋਰਾ ਹੈ, ਸਾਰੇ ਚੋਰ ਲੱਭ ਲੈਂਦੇ ਆ ਜਿਹਨੂੰ ਬਾਅਦ ਚ ਵਰਤਿਆ ਜੀ। ਪੰਜ ਸਾਹਿਬ, ਕਸ਼ਮੀਰ ਦੀ ਸਥਿਤੀ ਕਿਹੋ ਜਿਹੀ ਹੈ? ਅਮਿਤ ਸ਼ਾਹ ਹੋਰਾਂ ਨੇ ਤਾਂ ਕੁਛ ਹੋਰ ਹੀ ਦਿਖਾਤੀ। ਅਮਿਤ ਸ਼ਾਹ ਦੇ ਹੱਥ ਚ ਵਾਗ ਆ, ਜੋ ਵੀ ਆਖੇ ਮੰਨਣਾ ਪੈਣਾ ਜੀ।
ਉਹ ਕਹਿੰਦਾ ਕਿ ਉੱਥੇ ਸਥਿਤੀ ਸੁਧਰ ਰਹੀ ਆ, ਅਸੀਂ ਕਹਿੰਦੇ ਸੁਧਰ ਰਹੀ ਆ। ਉਹ ਕਹਿੰਦੇ ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਜਾਣ ਲੱਗ ਪਏ, ਟੀਚਰ ਵੀ ਆਉਂਦੇ, ਅਸੀਂ ਕਹਿੰਦੇ ਵਾਕਈ ਆਉਂਦੇ। ਉਹ ਕਹਿੰਦਾ ਬਾਜ਼ਾਰ ਖੁੱਲ ਗਏ, ਲੋਕ ਆਉਣ ਲੱਗ ਪਏ। ਅਸੀਂ ਕਹਿੰਦੇ ਜੀ ਹਾਂ, ਬਾਜ਼ਾਰ ਕਦੇ ਕਦੇ ਖੁੱਲ ਵੀ ਜਾਂਦੇ ਆ, ਲੋਕ ਵੀ ਕਦੇ ਕਦੇ ਆ ਜਾਂਦੇ, ਪਰ ਪਹਿਲਾਂ ਵਰਗੀਆਂ ਭੀੜਾਂ ਨੀ ਤੇ ਪਹਿਲਾਂ ਵਰਗੇ ਬਾਜ਼ਾਰਾਂ ਦੀਆਂ ਰੌਣਕਾਂ ਨੀ ਜੀ। ਫਿਰ ਉਹ ਕਹਿੰਦੇ ਜੇ ਸਰਕਾਰ ਦਾ ਕੋਈ ਦਬਾਅ ਹੋਵੇ ਤੇ ਲੋਕ ਇਸ ਤਰ੍ਹਾਂ ਕਿਉਂ ਆਉਣ, ਲੋਕੀ ਸਰਕਾਰ ਨਾਲ ਸਹਿਮਤ ਆ ਤਾਂ ਆਉਂਦੇ ਆ। ਉਹ ਭਾਈ ਲੋਕ ਸਰਕਾਰ ਨਾਲ ਸਹਿਮਤ ਕਰਕੇ ਨਹੀਂ ਆਉਂਦੇ, ਲੋਕ ਇਸ ਕਰਕੇ ਆਉਂਦੇ ਆ ਕਿ ਜਿਉਂਦੇ ਰਹਿਣਾ। ਜਿੱਥੇ ਡਿਕਟੇਟਰਸ਼ਿਪਾਂ ਹੁੰਦੀਆਂ, ਫੌਜੀਆਂ ਦਾ ਰਾਜ ਆ ਜਾਂਦਾ, ਜਿੱਥੇ ਰਾਜੇ ਦਾ ਰਾਜ ਆ ਜਾਂਦਾ, ਉੱਥੇ ਵੀ ਲੋਕੀ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਨਹੀਂ ਰਹਿੰਦੇ ਹੁੰਦੇ। ਆਖਿਰਕਾਰ ਮਨੁੱਖ ਨੇ ਜਿਉਣ ਵਾਸਤੇ ਰੋਟੀ ਚਾਹੀਦੀ ਹੈ, ਰੋਟੀ ਕਮਾਉਣ ਲਈ ਘਰੋਂ ਬਾਹਰ ਜਾਣਾ ਹੀ ਪੈਣਾ। ਜੇ ਉਹ ਘਰ ਦੇ ਵਿਚ ਬੈਠੇ ਵੀ ਕੋਈ ਕੰਮ ਕਰਦੇ ਹੋਣ ਤੇ ਉਹਦੇ ਲਈ ਕੱਚਾ ਮਾਲ ਲੈਣ ਵਾਸਤੇ ਬਾਹਰ ਜਾਣਾ ਪਵੇਗਾ, ਪੱਕਾ ਮਾਲ ਵੰਡਣ ਵਾਸਤੇ ਵੇਚਣ ਵਾਸਤੇ ਵੀ ਬਾਹਰ ਜਾਣਾ ਪਵੇਗਾ, ਕੀ ਕਰਨ ਲੋਕ ਜੀ। ਉਹ ਜਿਹੜੇ ਲੋਕ ਮਜਬੂਰੀ ਦੇ ਮਾਰੇ ਹੁਣ ਬਾਹਰ ਨਿਕਲਦੇ ਪਏ ਆ, ਸਰਕਾਰ ਕਹਿੰਦੀ ਵੇਖੋ ਜੀ ਸਰਕਾਰ ਨਾਲ ਸਹਿਮਤ ਆ ਤਾਂ ਆ ਗਏ। ਸਾਡੇ 3 ਮਹੀਨੇ ਹੋ ਗਏ ਉੱਥੇ ਕਰਫਿਊ ਵਰਗੀ ਸਥਿਤੀ ਹੈ। ਜਦੋਂ ਦਿਲ ਕਰਦੇ ਆ ਕਹਿ ਦਿੰਦੇ ਜੀ ਫੋਰਸਾਂ ਲੰਘਣੀਆਂ, ਚੱਲ ਜਾਓ ਘਰਾਂ ਨੂੰ। ਉੱਥੇ ਅਜੇ ਤੱਕ ਇੰਟਰਨੈਟ ਤੇ ਪਾਬੰਦੀ ਹੈ। ਇਹ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਜੇ ਲੋਕ ਨਿਕਲੇ ਆ ਤੇ ਉਹਦਾ ਕਾਰਨ ਸਮਝਣਾ ਚਾਹੀਦਾ ਜੀ। ਇਸ ਵੇਲੇ ਉੱਥੇ ਸਨੋਫਾਲ ਸ਼ੁਰੂ ਹੋ ਗਈ, ਬਰਫਾਂ ਪੈਣ ਲੱਗ ਪਈਆਂ ਨੇ। ਜਦੋਂ ਬਰਫਾਂ ਪੈਂਦੀਆਂ ਤੇ ਅਗਲੇ 3-4 ਮਹੀਨੇ ਫਿਰ ਉੱਥੇ ਬਰਫਾਂ ਹੀ ਪੈਣੀਆਂ ਜੀ। ਉਹਨਾਂ ਬਰਫਾਂ ਦੌਰਾਨ ਉਹ ਨਾ ਤਾਂ ਮਾਰਕੀਟਾਂ ਜਾ ਸਕਦੇ, ਨਾ ਕੋਈ ਕੰਮ ਕਰ ਸਕਦੇ। ਫਿਰ ਕਸ਼ਮੀਰੀ ਲੋਕ ਕੀ ਕਰਦੇ ਆ, ਸਾਰਿਆਂ ਨੇ ਆਪਣੇ ਘਰਾਂ ਦੇ ਥੱਲੇ ਤਹਿਖਾਨੇ ਪੁੱਟੇ ਆ। 3-3, 4-4 ਮਹੀਨਿਆਂ ਦਾ, 6-6 ਮਹੀਨਿਆਂ ਦਾ ਰਾਸ਼ਨ ਉਹਨਾਂ ਤਹਿਖਾਨਾ ਚ ਪਹਿਲਾਂ ਰੱਖਦੇ ਆ ਜੀ। ਜਿਨ੍ਹਾਂ ਦੇ ਕੋਲ ਜਾਨਵਰ ਨੇ, ਜਾਨਵਰਾਂ ਨੂੰ ਵੀ ਬਚਾਉਣ ਵਾਸਤੇ ਉਹਨਾਂ ਨੇ ਸ਼ੈੱਡ ਬਣਾਏ ਹੁੰਦੇ, ਉਹਨਾਂ ਚ ਰੱਖਦੇ ਆ। ਉੱਥੇ ਸਨੋ ਪਈ ਜਾਵੇ ਤੇ ਆਪਣੇ ਆਪ ਵਗਦੀ ਜਾਂਦੀ ਹੈ, ਜਾਨਵਰਾਂ ਦਾ ਆਪਣਾ ਪ੍ਰਬੰਧ ਕਰਦੇ ਰਹਿੰਦੇ ਆ। ਪਰ ਜਾਨਵਰਾਂ ਵਾਸਤੇ ਚਾਰਾ ਚਾਹੀਦਾ, ਪੱਠੇ ਚਾਹੀਦੇ ਨੇ। ਉੱਥੇ ਜਿੱਥੇ ਬਰਫ਼ ਪਈ ਹੋਵੇ ਉੱਥੇ ਲੱਭਣੇ ਨੇ ਜੀ, ਚਾਰੋਂ ਜਾ ਕੇ ਲਿਆ ਨਹੀਂ ਸਕਦੇ। ਇਸ ਕਰਕੇ ਸੁੱਕੇ ਪੱਠੇ ਜਿਹੜੇ ਆ, ਪੱਤੇ ਵਗੈਰਾ, ਟਿੰਡੇ ਵਗੈਰਾ, ਉਹ 3-3, 4-4 ਮਹੀਨੇ ਰਹਿਣ ਜੋਗੇ ਪਹਿਲਾਂ ਇਕੱਠੇ ਕਰਕੇ ਲੋਕੀ ਘਰਾਂ ਚ ਰੱਖਦੇ ਆ ਜੀ। ਹੁਣ 3 ਮਹੀਨੇ ਤਾਂ ਲੋਕਾਂ ਦੇ ਲੰਘੇ ਪਾਬੰਦੀਆਂ ਚ ਜੀ, ਤੇ ਜੇ ਇਸ ਵੇਲੇ ਲੋਕੀ ਬਾਹਰ ਨਾ ਨਿਕਲਣਗੇ ਤੇ 3 ਮਹੀਨਿਆਂ ਦਾ ਅੱਗੋਂ ਸਮਾਨ ਇਕੱਠਾ ਨਾ ਕਰਨਗੇ ਤੇ ਬਰਫਾਂ ਦੇ ਵਿਚ ਫਿਰ ਉਹ ਕਰਨਗੇ ਕੀ? ਇਸ ਕਰਕੇ ਇਸ ਮਜਬੂਰੀ ਚ ਲੋਕ ਆਪਣੇ ਘਰਾਂ ਤੋਂ ਨਿਕਲਦੇ ਪਏ ਨੇ। ਸਰਕਾਰ ਕਹਿੰਦੀ ਇਸ ਕਰਕੇ ਨਿਕਲਦੇ ਆ ਕਿ ਸਾਡੇ ਨਾਲ ਸਹਿਮਤ ਹੈ। ਸਹਿਮਤੀ ਵਾਲੀ ਗੱਲ ਕੋਈ ਨੀ, ਜਿੱਥੇ ਡਿਕਟੇਟਰਸ਼ਿਪਾਂ ਹੁੰਦੀਆਂ ਲੋਕੀ ਉੱਥੇ ਵੀ ਬਾਹਰ ਨਿਕਲਦੇ ਹੁੰਦੇ ਆ ਜੀ। ਮੈਨੂੰ ਯਾਦ ਹੈ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤੇ 2 ਦਿਨ ਬਾਜ਼ਾਰ ਸੁੰਨਿਆ ਵਰਗੀ ਗੱਲ ਸੀ, ਤੇ 3 ਦਿਨ ਤੱਕ ਲੋਕੀ ਬਾਹਰ ਨਿਕਲ ਆਏ ਸੀ ਜੀ। ਇਹ ਸੋਚ ਕੇ ਬਾਹਰ ਨਿਕਲ ਆਏ ਸੀ ਕਿ ਆਖਿਰ ਕਿੰਨੇ ਕੁ ਦਿਨ ਅੰਦਰ ਹੀ ਵੜੇ ਰਵਾਂਗੇ, ਕਿਤਨਾ ਕਿ ਤਾਂ ਨਿਕਲਣਾ ਹੀ ਹੈ। ਸਰਕਾਰ ਦੇ ਖਿਲਾਫ਼ ਕੋਈ ਰੋਸ ਮੁਜ਼ਾਹਰਾ ਵੀ ਨਹੀਂ ਸੀ ਕਰਦੇ, ਆਰਾਮ ਨਾਲ ਆਪੋ ਆਪਣੇ ਕੰਮ ਕਰੀ ਜਾਂਦੇ ਸੀ। ਜਦੋਂ ਕੋਈ ਮਿਲਦਾ ਉੱਥੇ ਬੈਠਿਆਂ ਗੱਲਾਂ ਕਰ ਲੈਂਦੇ ਸੀ ਕਿ ਐਮਰਜੈਂਸੀ ਬਹੁਤ ਮਾੜੀ ਹੈ, ਪਰ ਪਹਿਲਾਂ ਇਹ ਪਤਾ ਕਰ ਲੈਂਦੇ ਸੀ ਕਿ ਉਹ ਜਿਹਾ ਬੰਦਾ ਤਾਂ ਨਹੀਂ ਸੁਣਦਾ ਜਿਹੜਾ ਸਰਕਾਰ ਨੂੰ ਜਾ ਕੇ ਦੱਸਦੇ ਜੀ। ਉਹ ਹਾਲਾਤ ਇਸ ਵੇਲੇ ਜੰਮੂ ਕਸ਼ਮੀਰ ਚ ਵੀ ਨੇ ਜੀ। ਪੰਜ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਨਾਲ ਦੀ ਨਾਲ ਅਸੀਂ ਫੇਰ ਜੁੜ ਜਾਵਾਂਗੇ ਸਰੋਤਿਆਂ ਨਾਲ। ਦੱਸ ਰਹੀ ਹੈ ਜੀ ਕਿ ਇਹ ਮਜਬੂਰੀ ਹੈ ਬ੍ਰੇਕ ਲੈਣੀ, ਨਹੀਂ ਤਾਂ ਕਾਲ ਸਿਰੇ ਨਹੀਂ ਚੜ੍ਹਦੀ ਹੈ, ਕਿਸੇ ਨੇ ਤਵੀਤ ਕਰਾਤੀ, ਸੋ ਤਾਂ ਕਰਕੇ ਆਪਾਂ ਤਵੀਤ ਫੋਰਨ ਨਹੀਂ ਦੇਣੇ ਅਗਲੇ ਦੇ, ਉਦੋਂ ਪਹਿਲਾਂ ਹੀ ਬੰਦੋਬਸਤ ਕਰ ਲਿਆ। ਪੰਨੂ ਸਾਹਿਬ ਆਪਣੇ ਨਾਲ ਇੱਕ ਵਾਰ ਫਿਰ ਸ਼ਾਮਲ ਨੇ, ਤੇ ਪੰਨੂ ਸਾਹਿਬ ਗੱਲ ਕਰੀਏ ਜੀ। ਵੈਸੇ ਤਾਂ ਇਹ ਹੁੰਦਾ ਕਿ ਕੋਈ ਵੀ ਪਰਿਵਾਰ ਦਾ ਮੈਂਬਰ ਹੁੰਦਾ ਜਿਹੜਾ, ਉਹਦਾ ਨਵਾਂ ਮੈਂਬਰ ਆਉਂਦਾ ਅਗਲਾ, ਜਿਹਦੇ ਹੱਥ ਦੇ ਵਿੱਚ ਕਬੀਲਦਾਰੀ ਹੁੰਦੀ ਹੈ, ਉਹਨੇ ਪਰਿਵਾਰ ਦੇ ਵਾਸਤੇ ਜਿੰਨਾ ਕੁ ਪਹਿਲਾਂ ਬਣਿਆ ਹੁੰਦਾ ਉਹਦੇ ਚ ਕੁਛ ਹੋਰ ਬਣਾ ਦੇਣਾ ਹੁੰਦਾ। ਪਰ ਕੁਛ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਹਿੰਦੇ ਕਿ ਚੱਕ ਪਈ ਸਾਰੀ ਵੇਚਤੀ, ਪੈਸਿਆਂ ਦਾ ਢੇਰ ਲਾ ਲਿਆ ਆਪਾਂ, ਤੇ ਐਵੇਂ 5 ਸਰਕਾਰੀ ਕੰਪਨੀਆਂ ਵੇਚਣ ਦੀ ਮਨਜ਼ੂਰੀ ਹੈ ਸਰਕਾਰ ਦੇ ਕੇ, ਕਹਿੰਦੇ ਕਿ ਪੈਸੇ ਉਸ ਤੱਕ ਤਾਂ ਬਹੁਤ ਹੋ ਜਾਣੇ, ਕੰਪਨੀਆਂ ਬੇਸ਼ੱਕ ਨਾ ਰਹਿਣ। ਦੇਖੋ ਮੇਰੀ ਸਮਝ ਆ ਕਿ ਸਰਕਾਰ ਅਜੇ ਤੱਕ ਆਪਣੀ ਆਰਥਿਕ ਮੰਦੇ ਤੇ ਮੰਦੇ ਦੇ ਪਿੱਛੇ ਲੁਕੇ ਕਾਰਨਾਂ ਨੂੰ ਲੁਕਾਉਣਾ ਚਾਹੁੰਦੀ ਹੈ, ਅਸਲੀ ਗੱਲ ਨਹੀਂ ਦੱਸ ਰਹੀ ਜੀ, ਦੱਸਣੀ ਚਾਹੀਦੀ ਆ। ਅਜੇ ਤੱਕ ਸਰਕਾਰ ਦੀ ਇਹ ਹਾਲਤ ਹੈ ਕਿ ਪੈਰਾਂ ਸਿਰ ਨੇ ਜੀ। GST ਆਇਆ ਤੇ ਨਰਿੰਦਰ ਮੋਦੀ ਨੇ ਜਲਸਿਆਂ ਚ ਆਖਿਆ ਸੀ GST ਲਾਗੂ ਹੋਣ ਦੇ ਨਾਲ ਸਾਡੇ ਕੋਲ ਇੰਨਾ ਪੈਸਾ ਆ ਰਿਹਾ ਕਿ ਸੰਭਾਲਿਆ ਨਹੀਂ ਜਾਣਾ ਜੀ। ਤੇ ਜੇ ਸੰਭਾਲਿਆ ਨਹੀਂ ਜਾਣਾ ਤੇ ਪੈਸਾ ਗਿਆ ਕਿੱਥੇ? ਇਲੈਕਸ਼ਨ ਤੋਂ ਪਹਿਲਾਂ ਇਨ੍ਹਾਂ ਨੇ ਰਿਜ਼ਰਵ ਬੈਂਕ ਤੋਂ ਪੈਸੇ ਕਢਾਉਣ ਦਾ ਯਤਨ ਕੀਤਾ, ਸਾਰੀਆਂ ਪਾਰਟੀਆਂ ਰੌਲਾ ਪਾ ਤਾਂ, ਰੋਕੇ ਨਹੀਂ ਲੈ ਸਕੇ ਜੀ। ਪਰ ਜਦੋਂ ਸਰਕਾਰ ਦੁਬਾਰਾ ਇਨ੍ਹਾਂ ਦੀ ਬਣ ਗਈ ਤੇ ਕੋਈ ਅੱਗੇ ਖੰਘਣ ਜੋਗਾ ਨਾ ਰਿਹਾ, ਇਨ੍ਹਾਂ ਨੇ ਰਿਜ਼ਰਵ ਬੈਂਕ ਤੋਂ 50,000 ਕਰੋੜ ਰੁਪਇਆ ਲੈ ਲਿਆ ਜੀ। ਰਿਜ਼ਰਵ ਬੈਂਕ ਤੋਂ ਵੀ 50,000 ਕਰੋੜ ਲੈ ਲਿਆ, ਤੇ ਇਹਦੇ ਬਾਅਦ ਅਜੇ ਵੀ ਇਨ੍ਹਾਂ ਦੀ ਤਸੱਲੀ ਨਹੀਂ।
ਹੁਣ ਆ ਚਾਰ ਪੰਜ ਦਿਨ ਪਹਿਲਾਂ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ ਆਇਆ, ਉਹ ਕਹਿੰਦੀ ਆ ਕਿ ਅਸੀਂ ਏਅਰ ਇੰਡੀਆ ਤੇ ਐਚ ਪੀ ਸੀ ਆ ਜਿਹੜੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ, ਇਨ੍ਹਾਂ ਦੋਵਾਂ ਨੂੰ ਵੇਚਣ ਵਾਸਤੇ ਫੈਸਲਾ ਕਰ ਚੁੱਕੇ ਆ ਤੇ ਇਨ੍ਹਾਂ ਦੀ ਸੇਲ ਦਾ ਕੰਮ ਮਾਰਚ ਤੱਕ ਪੂਰਾ ਹੋਣਾ। ਗੱਲ ਇਹ ਨੀ ਫੈਸਲਾ ਕਰ ਲਿਆ ਤੇ ਇਹ ਵੀ ਗੱਲ ਨਹੀਂ ਕਿ ਮਾਰਚ ਤੱਕ ਪੂਰਾ ਹੋਣਾ, ਇਹਦੇ ਨਾਲ ਵੱਡੀ ਗੱਲ ਇਹ ਹੈ ਕਿ ਉਹਨੇ ਆਖਿਆ ਕਹਿੰਦੀ ਇਹਦੇ ਤੋਂ ਸਾਨੂੰ 1,00,000 ਕਰੋੜ ਰੁਪਏ ਮਿਲਣ ਦੀ ਆਸ ਹੈ। ਵੀ 50,000 ਕਰੋੜ ਤਾਂ ਹੁਣੇ ਤੁਸੀਂ ਲੈ ਕੇ ਹਟਿਆ, ਤੁਹਾਡਾ ਉਹਦਾ ਸਰਿਆ ਨੀ ਜੀ। 1,00,000 ਕਰੋੜ ਹੋਰ ਇਹਨਾਂ ਦੋਵਾਂ ਚੋਂ ਲਾਓਗੇ ਤੇ ਜਿੱਦਾਂ ਪਹਿਲੇ ਪੈਸੇ ਖਾਧੇ ਗਏ ਫਿਰ ਇਹ ਵੀ ਖਾ ਲਿਓ, ਫਿਰ ਸਰਕਾਰ ਦੇ ਕੋਲ ਬਚੇਗਾ ਕੀ? ਰੇਲਵੇ ਦੇ ਪਹਿਲਾਂ ਰੂਟ ਜਿਹੜੇ ਵੇਚਣੇ ਸ਼ੁਰੂ ਕੀਤੇ ਜੀ, ਫਿਰ 2-3 ਗੱਡੀਆਂ, ਹੁਣ ਕਹਿੰਦੇ ਰੇਲਵੇ ਲਾਈਨਾਂ ਵੀ ਪ੍ਰਾਈਵੇਟਾਈਜ਼ ਕਰ ਦੇਣੀਆਂ, ਵੇਚ ਦੇਣੀਆਂ ਨੇ। ਇਧਰੋਂ ਇਹ ਆਖਿਆ ਕਿ 5 ਕੰਪਨੀਆਂ ਜਿਹੜੀਆਂ ਉਹ ਅਸੀਂ ਵੇਚ ਦੇਣੀਆਂ, ਜਿਹੜੀਆਂ 5 2 ਤੇ ਪਹਿਲਾਂ ਹੀ ਕਹਿਤੀਆਂ ਕਿ ਐਚ ਪੀ ਸੀ ਐਲ ਤੇ ਏਅਰ ਇੰਡੀਆ ਵੇਚਣੀਆਂ, ਮਾਰਚ ਤੱਕ ਸੇਲ ਪੂਰੀ ਕਰਨੀ ਆ ਜੀ। 5 ਹੋਰ ਜਿਹੜੀਆਂ ਦਾਅਵੇ ਲਾਈਆਂ ਉਹਨਾਂ ਚੋਂ ਇੱਕ ਤਾਂ ਭਾਰਤ ਪੈਟਰੋਲੀਅਮ ਹੈ, ਇਹ ਪਹਿਲਾਂ ਕਿਸੇ ਵੇਲੇ ਬ੍ਰਿਟਿਸ਼ ਪੈਟਰੋਲੀਅਮ ਹੁੰਦੀ ਸੀ। ਇਸ ਭਾਰਤ ਪੈਟਰੋਲੀਅਮ ਤੋਂ ਇਲਾਵਾ ਇੱਕ ਹੈਗੀ ਆ ਉੱਤਰ ਪੂਰਬੀ ਰਾਜਾਂ ਵਾਸਤੇ ਨਾਰਥ ਈਸਟ ਇਲੈਕਟ੍ਰਾਨਿਕ ਕਾਰਪੋਰੇਸ਼ਨ, ਕੁਛ ਇਸ ਤਰ੍ਹਾਂ ਦਾ ਨਾਂ ਉਹਦਾ ਜੀ। ਇੱਕ ਟੀਰੀ ਹਾਈਡਰੋ ਪਾਵਰ ਕਾਰਪੋਰੇਸ਼ਨ ਹੈ, 4 ਹੋ ਗਈਆਂ ਜੀ, 3 ਹੋ ਗਈਆਂ। ਇਨ੍ਹਾਂ ਦੇ ਨਾਲ ਹੀ ਜਿਹੜੀ ਭਾਰਤ ਸਰਕਾਰ ਦੀ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ, ਸ਼ਿਪਿੰਗ ਦਾ ਮਤਲਬ ਸਮੁੰਦਰੀ ਜਹਾਜ਼ਾਂ ਦੀ ਕਾਰਪੋਰੇਸ਼ਨ ਹੈ ਜੀ, ਇੱਕ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ, ਇਹ ਸਾਰੀਆਂ ਇੱਦਾਂ ਦੀਆਂ ਨੇ ਜਿੱਦਾਂ ਦੀ FCI ਹੈ ਸਾਡੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਜੀ। ਜਦੋਂ ਇਹ ਇੰਡੀਆ ਵਿੱਚ ਨਹੀਂ ਇਹਨਾਂ ਨੇ ਤੇ ਫਿਰ ਕੱਲ ਨੂੰ ਕਿਸੇ ਵਕਤ FCI ਦਾ ਭੋਗ ਵੀ ਪਾ ਸਕਦੇ ਆ। ਇੱਕ ਇੱਕ ਕਰਕੇ ਇਹ ਕੰਪਨੀਆਂ ਵੇਚਦੇ ਜਾ ਰਹੇ ਨੇ, ਉਹਨਾਂ ਕੰਪਨੀਆਂ ਤੋਂ ਪੈਸਾ ਮਿਲ ਰਿਹਾ, ਸਰਕਾਰ ਖੁਸ਼ ਹੈ, ਸਰਕਾਰ ਦੇ ਹਮਾਇਤੀ ਵੀ ਖੁਸ਼ ਹੈ, ਪਰ ਜਦੋਂ ਕੱਲ ਨੂੰ ਸਾਰੇ ਮੋਛੇ ਪਾਤੇ, ਇੱਕ ਇੱਕ ਕਰਕੇ ਕੰਪਨੀਆਂ ਵਿਕੀਆਂ, ਸਰਕਾਰ ਦੇ ਕੋਲ ਰਿਹਾ ਹੀ ਨਾ, ਤੇ ਫਿਰ ਕੀ ਕਰਨਗੇ? ਦਿੱਲੀ ਚ ਪਾਰਲੀਮੈਂਟ ਮੈਂਬਰਾਂ ਦੀਆਂ ਕੋਠੀਆਂ ਵੇਚਣਗੇ? ਫਿਰ ਉਹਦੇ ਬਾਅਦ ਪੈਸਾ ਕਿੱਥੋਂ ਲਿਆਂਦਾ ਜਾਵੇਗਾ ਜੀ? ਇਹ ਕੰਮ ਪੰਜਾਬ ਦੀ ਐਸੋਸੀਏਟਡ ਇਕਾਨਮੀ ਦਾ ਭੱਠਾ ਬੈਠਾ, ਉਹ ਇਸ ਕਰਕੇ ਬੈਠਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਫਾਰਮੂਲਾ ਅਪਣਾਇਆ ਸੀ। ਜਿੰਨੇ ਪਿੰਡਾਂ ਦੇ ਵਿੱਚ ਨਹਿਰ ਦੇ, ਸੜਕ ਦੇ, ਯਾਨੀ PWD ਦੇ ਜਿਹੜੇ ਹੈਗੇ ਸੀ, ਗੈਸਟ ਹਾਊਸ ਤੇ ਰੈਸਟ ਹਾਊਸ ਜੀ, ਇੱਕ ਇੱਕ ਕਰਕੇ ਸਾਰੇ ਵੇਚ ਦਿੱਤੇ ਸਨ। ਔਰ ਏਡੇ ਸਿਆਣੇ ਸੀ ਕਿ ਜਿਹੜੀ ਇੱਥੋਂ ਹਰੀਕੇ ਪੱਤਣ ਤੋਂ ਗੰਗਾ ਨਗਰ ਤੱਕ ਨਹਿਰ ਜਾਂਦੀ ਹੈ ਜੀ, ਸਰ ਗੰਗਾ ਸਿੰਘ ਨੇ ਬਣਾਈ ਸੀ, ਤੇ ਉਹ ਨਹਿਰ ਵਿੱਚ ਉਹਦੇ ਸਾਰੇ ਰੈਸਟ ਹਾਊਸ ਵੀ ਉਸ ਗੰਗਾ ਸਿੰਘ ਦੇ ਸੀ ਜੀ, ਤੇ ਗੰਗਾ ਸਿੰਘ ਤੋਂ ਬਾਅਦ ਰਾਜਸਥਾਨ ਦੀ ਸਰਕਾਰ ਦੇ ਸੀ, ਇਹਨਾਂ ਨੇ ਆਪਣੇ ਵੇਚਣ ਲੱਗਿਆ ਉਹ ਵੀ ਨਾਲ ਵੇਚ ਦਿੱਤੇ ਜੀ। ਬਾਅਦ ਵਿੱਚ ਕੇਸ ਬਣ ਗਿਆ ਵੀ ਤੁਸੀਂ ਉਹਨਾਂ ਦੇ ਕਿੱਦਾਂ ਵੇਚ ਸਕਦੇ ਆ। ਹੁਣ ਇੱਥੇ ਕੀ ਹੋਇਆ ਕਿ ਇਹ ਸਰਕਾਰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਵੇਚ ਜਾ ਰਹੀ ਹੈ, ਉਹ ਗਲਤੀ ਕਰ ਰਹੀ ਹੈ ਜਿਹੜੀ ਪੰਜਾਬ ਚ ਕਿਸੇ ਵਕਤ 1998-99 ਚ ਬਾਦਲ ਨੇ ਕੀਤੀ ਸੀ ਤੇ ਪੰਜਾਬ ਅੱਜ ਤੱਕ ਭੁਗਤਦਾ ਪਿਆ, ਉਹੀ ਗਲਤੀ ਇਸ ਵੇਲੇ ਭਾਰਤ ਸਰਕਾਰ ਕਰਦੀ ਪਈ ਹੈ। ਆ ਵੀ ਵੇਚ ਦਿਓ, ਉਹ ਵੀ ਵੇਚ ਦਿਓ। ਉਹ ਜਿਹੜਾ ਹੈਗਾ ਸੀ ਨਰਿੰਦਰ ਚੰਚਲ, ਉਹਨੇ ਸ਼ਾਇਦ ਗਾਣਾ ਗਾਇਆ ਸੀਗਾ ਜੀ, ਮੰਦਿਰ ਢਾ ਦੇ, ਮਸਜਿਦ ਢਾ ਦੇ ਤੇ ਢਾ ਦੇ ਜੋ ਕੋਈ ਢਿੰਦਾ, ਇੱਕ ਕਿਸੇ ਨਾਲ ਦਿਲ ਨਾ ਤੋੜੀ, ਜਿਸ ਵਿਚ ਮਾਲਕ ਰਹਿੰਦਾ। ਹੁਣ ਇਹ ਵੀ ਕਹਿੰਦੇ ਆ ਕਿ ਆ ਵੀ ਵੇਚ ਦਿਓ, ਉਹ ਵੀ ਵੇਚ ਦਿਓ, ਵੇਚ ਦਿਓ ਜੋ ਕੁਝ ਵਿਕਦਾ। ਇਹ ਉਸੇ ਤਰਜ ਤੇ ਲੱਗੇ ਹੋਏ ਆ, ਇਹ ਕੋਈ ਚੰਗੀ ਗੱਲ ਨੀ, ਬੇਅਕਲੀ ਦੀਆਂ ਗੱਲਾਂ ਕਰਦੇ ਨੇ ਜੀ। ਅਮਨ ਸਾਹਿਬ ਅੱਗੇ ਗੱਲ ਕਰੀਏ ਜੀ, ਹੁਣ ਬੇਅਕਲੀਆਂ ਬਹੁਤ ਸਾਰੀਆਂ ਹੋ ਰਹੀਆਂ, ਕੁਛ ਕੁ ਵੀਡੀਓ ਵਾਇਰਲ ਹੋ ਰਹੀਆਂ। ਇੱਕ ਤਾਂ ਮਦਨ ਲਾਲ ਜਲਾਲਪੁਰ ਹੋਰਾਂ ਦੀ ਹੈ, MLA ਨੇ, ਜਿਹੜਾ ਮਦਨ ਲਾਲ ਜਲਾਲਪੁਰ ਹੈ ਉਹਨੇ ਜ਼ਿਲ੍ਹੇ ਦੀ ਸ਼ਿਕਾਇਤ ਕਮੇਟੀ ਦੀ ਮੀਟਿੰਗ ਵਿਚ ਰੌਲਾ ਪਾਇਆ ਕਿ ਬੜੀ ਕਰਪਸ਼ਨ ਚੱਲਦੀ ਹੈ, ਸਾਡੀ ਤੇ ਕੋਈ ਗੱਲ ਨੀ ਸੁਣਦਾ, ਤੇ ਉਹਨੇ ਦੋਸ਼ ਲਾ ਤਾ ਇਲਾਕੇ ਤੇ SDM ਤੇ ਕਿ ਮੈਂ ਜਿਹੜੇ ਪਿੰਡ ਰਹਿੰਦਾ, ਮੇਰੇ ਆਪਣੇ ਪਿੰਡ ਦੀ ਪੰਚਾਇਤ ਤੋਂ SDM ਨੇ 1,00,000 ਰੁਪਏ ਰਿਸ਼ਵਤ ਮੰਗੀ ਹੈ ਜੀ। ਇਹ ਗੱਲ ਪਹੁੰਚੀ ਚੰਡੀਗੜ੍ਹ ਤੱਕ, ਸਰਕਾਰ ਤੱਕ, ਤੇ ਸਰਕਾਰ ਨੇ SDM ਬਦਲ ਦਿੱਤਾ, ਉਹਦਾ ਚਾਰਜ ਕਹਿੰਦੇ ਆ DC ਨੂੰ ਦੇ ਦਿੱਤਾ। ਉਹਦੇ ਤੋਂ ਬਾਅਦ ਸ਼ਾਮ ਨੂੰ ਇੱਕ ਵੀਡੀਓ ਵਾਇਰਲ ਹੋ ਗਈ, ਵੀਡੀਓ ਨਹੀਂ ਆਡੀਓ। ਉਸ ਆਡੀਓ ਦੇ ਵਿਚ ਉਥੇ ਇੱਕ ਝਗੜਾ ਹੋਇਆ ਸੀ, ਸਰਪੰਚ ਨੂੰ ਸੱਟਾਂ ਲੱਗੀਆਂ ਸਨ, ਸਰਪੰਚ ਕਾਂਗਰਸੀ ਸੀ, ਇਹਦੇ ਗਰੁੱਪ ਦਾ ਸੀ, ਇਹ ਉਹਦਾ ਪਤਾ ਲੈਣ ਗਿਆ ਤੇ ਉਥੋਂ ਹਸਪਤਾਲ ਚੋਂ ਇਹਨੇ SHO ਨੂੰ ਫੋਨ ਕੀਤਾ ਵੀ ਤੁਸੀਂ ਕਾਰਵਾਈ ਕੀ ਕਰਦੇ ਪਏ, ਕੀਤੀ ਕਿਉਂ ਨੀ? ਉਹਨੇ ਆਖਿਆ ਜੀ ਇੱਕ ਬੰਦਾ ਫੜਿਆ ਤੇ ਬਾਕੀ ਬੰਦੇ ਭੱਜ ਗਏ। ਕਹਿੰਦਾ ਭੱਜ ਗਏ ਤੇ ਉਹਨਾਂ ਨੇ ਜਨਾਨੀਆਂ ਫੜ ਕੇ ਲਿਆ ਕੇ ਥਾਣੇ ਬਿਠਾ ਦਿਓ ਜੀ।
ਜੇ ਬੰਦਿਆਂ ਦਾ ਝਗੜਾ ਵੀ ਹੋਇਆ ਹੋਵੇ ਤੇ ਜਨਾਨੀਆਂ ਦਾ ਝਗੜਾ ਤੇ ਹੈ ਨੀ ਸੀ। ਇਹ ਗੱਲ ਕਹਿਣ ਦਾ ਇਹਨੂੰ ਕਿਹਨੇ ਹੱਕ ਦੇ ਦਿੱਤਾ ਕਿ ਤੁਸੀਂ ਜਾ ਕੇ ਉਹਨਾਂ ਦੀਆਂ ਜਨਾਨੀਆਂ ਪੜ ਲਓ। ਇਹਦੀ ਇਸ ਗੱਲ ਦਾ ਰੌਲਾ ਇੰਨਾ ਵਧਿਆ ਕਿ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਹੈ ਔਰਤਾਂ ਬਾਰੇ ਕਮਿਸ਼ਨ, ਉਹਨਾਂ ਤੱਕ ਵੀ ਗੱਲ ਚਲੀ ਗਈ ਤੇ ਉਹਨਾਂ ਨੇ ਸਰਕਾਰ ਤੋਂ ਤੇ ਪੁਲਿਸ ਮਹਿਕਮੇ ਤੋਂ ਇਹਦਾ ਜਵਾਬ ਮੰਗ ਲਿਆ। ਹੁਣ ਉਹ ਜਵਾਬ ਇੱਕ ਪਾਸੇ ਆ ਜੀ। ਅੱਜ ਇੱਕ ਸ਼ਾਮੀ ਮੈਂ ਪੜ੍ਹਦਾ ਰਿਹਾ ਖਬਰ, ਉਸ ਖਬਰ ਦੇ ਵਿਚ ਉਹ ਮਦਨ ਲਾਲ ਜਲਾਲਪੁਰ ਕਹਿੰਦਾ ਯਾਰ ਮੇਰੇ ਤੋਂ ਗੁੱਸੇ ਚ ਆ ਕੇ ਨਿਕਲ ਗਿਆ ਜੀ। ਪਰ ਗੁੱਸੇ ਚ ਆ ਕੇ ਨਿਕਲ ਗਿਆ ਤੇ ਨਿਕਲ ਗਿਆ, ਗਲਤ ਨਿਕਲ ਗਿਆ ਨਾ, ਤੂੰ ਕਿਉਂ ਕੱਢਿਆ ਜੀ। ਇਹੀ ਗੱਲ ਜਿਹੜੀ ਹੈ ਇਹ ਆਪਣੇ ਆਪ ਦੇ ਵਿਚ ਇਹ ਬਹੁਤ ਗਲਤ ਹੈ ਕਿ ਉਹਨੇ ਇਸ ਤਰ੍ਹਾਂ ਕੀਤਾ। ਦੂਸਰਾ ਪੱਖ ਇਹ ਹੈ ਜੀ ਕਿ ਗਲਤ ਉਹ ਕਰਦਾ ਪਿਆ ਸੀ ਫੋਨ ਦੇ ਉੱਤੇ ਐਸ ਐਚ ਓ ਦੇ ਨਾਲ ਜੀ, ਇਹ ਸਾਰੀ ਰਿਕਾਰਡਿੰਗ ਕਿਹਨੇ ਕਰ ਲਈ? ਐਸ ਐਚ ਓ ਨੇ ਕੀਤੀ ਹੋਵੇਗੀ, ਕੋਈ ਦੂਜਾ ਕਰੇ ਤੇ ਫਿਰ ਤਾਂ ਇੱਕ ਤਰਫ ਦੀ ਆਵਾਜ਼ ਆਉਣੀ ਦੂਸਰੀ ਤਰਫ ਦੀ ਆ ਹੀ ਨਹੀਂ ਸਕਦੀ ਜੀ। ਉਹ ਜਿਸ ਤਰ੍ਹਾਂ ਰਿਕਾਰਡਿੰਗ ਹੋਈ ਇਹਦੇ ਤੋਂ ਸਾਫ ਦਿਸਦਾ ਕਿ ਇਸ ਵੇਲੇ ਪੰਜਾਬ ਸਰਕਾਰ ਦੇ ਪੁਰਜੇ ਇੱਕ ਦੂਸਰੇ ਤੇ ਭਰੋਸਾ ਨਹੀਂ ਕਰਦੇ, ਬਲਕਿ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਅੱਜ ਕੱਲ ਇੱਕ ਦੂਸਰੇ ਤੇ ਭਰੋਸਾ ਕਰਨ ਦੇ ਲਾਇਕ ਵੀ ਨਹੀਂ ਰਹਿ ਗਏ। ਹਰ ਕੋਈ ਆਪੋ ਆਪਣੀ ਥਾਂ ਤੇ ਰਿਕਾਰਡਿੰਗ ਲਾਈ ਬੈਠਾ, ਜੇ ਕੋਈ ਸਿਵਲ ਸਰਜਨ ਜਾਂ ਕੋਈ ਡਾਕਟਰ ਕਿਸੇ ਨਾਲ ਗੱਲ ਕਰਦਾ ਤੇ ਉਹਦੀ ਰਿਕਾਰਡਿੰਗ ਲੋਕੀ ਕੱਢ ਕੇ ਵੀਡੀਓ ਤੇ ਉਹ ਤੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਜੀ। ਪਿਛਲੇ ਸਾਲ ਇੱਕ ਐਮ ਐਲ ਏ ਨੇ ਇੱਥੇ ਫਾਜ਼ਿਲਕਾ ਇਲਾਕੇ ਦੇ ਵਿਚ ਜੀ ਇੱਕ ਪੁਲਿਸ ਅਫਸਰ ਬੀਬੀ ਨੂੰ ਪੁੱਠਾ ਸਿੱਧਾ ਕਿਹਾ ਸੀ ਜੀ। ਜੋ ਕੁਝ ਕਿਹਾ ਸੀ ਉਹ ਅਸੀਂ ਸਮਝਦੇ ਗਲਤ ਕਿਹਾ ਸੀ, ਮੈਂ ਅੱਜ ਵੀ ਕਿਹਾ ਗਲਤ ਕਿਹਾ ਸੀ ਜੀ। ਐਮ ਐਲ ਏ ਨੂੰ ਕਿਹਨੇ ਦਿੱਤਾ ਹੱਕ ਜੋ ਪੁਲਿਸ ਅਫਸਰ ਨੂੰ ਏਦਾਂ ਦਬਕੇ ਮਾਰੇ, ਔਰ ਪੁਲਿਸ ਅਫਸਰ ਵੀ ਔਰਤ ਹੋਵੇ ਤੇ ਉਹਦੇ ਬਾਰੇ ਏਦਾਂ ਦੀ ਬਦਤਮੀਜ਼ੀ ਕਰੇ, ਇਹ ਗਲਤ ਸੀ। ਪਰ ਇੱਕ ਦੂਜਾ ਸਵਾਲ ਮੇਰੇ ਕੋਲ ਕਿਸੇ ਨੇ ਭੇਜਿਆ, ਉਹ ਕਹਿੰਦਾ ਜੀ ਬੀਬੀ ਨੂੰ ਵੀ ਕਿਹਨੇ ਹੱਕ ਦਿੱਤਾ ਕਿ ਹਰ ਇੱਕ ਦੀ ਕਾਲ ਰਿਕਾਰਡ ਕਰੇ ਜੀ? ਉਹ ਕਹਿੰਦਾ ਕਿ ਰਿਕਾਰਡ ਕਰਦੀ ਸੀ, ਇਹ ਕਿਹਨੇ ਉਹਨੂੰ ਹੱਕ ਦਿੱਤਾ ਸੀ? ਹੁਣ ਕਾਨੂੰਨੀ ਪੱਖ ਤੋਂ ਹਾਵੀ ਇੱਕ ਕਢਾਉਣੀ ਹੈਗੀ ਹੈ। ਇੱਥੇ ਜਿਹੜੇ ਲੋਕ ਐਮ ਐਲ ਏ ਦੀ ਜਾਂ ਕਿਸੇ ਹੋਰ ਦੀ ਰਿਕਾਰਡਿੰਗ ਕਰਦੇ ਆ ਉਹ ਤੋਂ ਮੁੱਕਰ ਤਾਂ ਨਹੀਂ ਸਕਦੇ ਕਿ ਮੇਰੇ ਫੋਨ ਦੇ ਉੱਤੇ ਰਿਕਾਰਡਿੰਗ ਹੋਈ ਹੈ। ਅੱਗੇ ਤਾਂ ਹੁੰਦਾ ਸੀ ਕਿ ਲੈਂਡਲਾਈਨ ਦਾ ਕਨੈਕਸ਼ਨ ਹੈ, ਗੁਆਂਢੀਆਂ ਨੇ ਤਾਰ ਲਾਈ, ਉਹ ਰਿਕਾਰਡਿੰਗ ਕਰੀ ਜਾਂਦੇ ਹੋਣਗੇ, ਤੁਹਾਨੂੰ ਵੀ ਪਤਾ। ਤੇ ਹੁਣ ਤਾਂ ਮੋਬਾਈਲ ਹੈ, ਜੇ ਮੋਬਾਈਲ ਦੇ ਉੱਤੇ ਇਸ ਤਰ੍ਹਾਂ ਦੀ ਰਿਕਾਰਡਿੰਗ ਲਾ ਕੇ ਹਰ ਕੋਈ ਇੱਕ ਦੂਜੇ ਨਾਲ ਗੱਲ ਕਰਦਾ। ਦੋ ਦਿਨ ਪਹਿਲਾਂ ਇੱਕ ਸਰਕਾਰੀ ਅਫਸਰਾਂ ਦੀ ਮੀਟਿੰਗ ਸੀ ਜੀ, ਉਹਦੇ ਵਿਚ ਵੀ ਇਹ ਆਖਿਆ ਗਿਆ ਕਿ ਸਾਰੇ ਜਾਣੇ ਆਪੋ ਆਪਣੇ ਮੋਬਾਈਲ ਫੋਨ ਬਾਹਰ ਰੱਖ ਕੇ ਜਮ੍ਹਾਂ ਕਰਾ ਕੇ ਆਓ, ਬਾਹਰ ਉੱਥੇ ਲੱਖ ਰੁਪਏ ਕਿਸੇ ਕੋਲ ਜਮ੍ਹਾਂ ਕਰਾਓ ਜੀ। ਉੱਥੇ ਸਿਕਿਉਰਿਟੀ ਵਾਲੇ ਜਿਹੜੇ ਪੁਲਿਸ ਮੁਲਾਜ਼ਮ ਬੈਠੇ ਨੇ ਗਨਮੈਨ, ਉਹ ਕਹਿੰਦੇ ਜੀ ਅਸੀਂ ਨਹੀਂ ਰੱਖ ਸਕਦੇ, ਸਾਡੀ ਕੋਈ ਜਿੰਮੇਵਾਰੀ ਨਹੀਂ। ਜੇ ਤੁਹਾਡੀ ਜਿੰਮੇਵਾਰੀ ਨਹੀਂ ਤੇ ਫਿਰ ਕਿਹਦੇ ਕੋਲ ਰੱਖਿਆ ਜਾਵੇ ਜੀ? ਸਰਕਾਰ ਨੇ ਹਦਾਇਤ ਕਰਤੀ ਕਿ ਮੀਟਿੰਗ ਲੈ ਕੇ ਨੀ ਆਉਣੇ ਫੋਨ, ਉਹ ਕਹਿੰਦੇ ਅਸੀਂ ਰੱਖਣੇ ਨੀ ਤੇ ਖੜੇ ਪੈਰ ਕਿੱਥੇ ਕਰਨ, ਕੂੜੇ ਚ ਸੁੱਟ ਦੇਣਾ, ਡਸਟਬਿਨ ਚ ਸੁੱਟ ਦੇਣਾ ਜੀ, ਕੀ ਕਰਨਾ ਉਹਦਾ? ਜ਼ਿਆਦਾ ਆਖਿਆ ਜਾਵੇ ਬੰਦ ਕਰਾ ਲਓ, ਬੰਦ ਵੀ ਕਰਾਇਆ ਤੇ ਇਸ ਗੱਲ ਦਾ ਡਰ ਹੈ ਕਿ ਬੰਦ ਕਹਿ ਕੇ ਜੇ ਕਿਸੇ ਨੇ ਮੀਟਿੰਗ ਚੱਲਦੀ ਚਾਲੂ ਕਰ ਛੱਡਿਆ ਜੀ, ਉਹਦੇ ਉੱਤੇ ਕੋਈ ਪੁੱਟੀ ਸਿੱਧੀ ਗੱਲ ਰਿਕਾਰਡ ਕਰ ਲਈ ਤੇ ਉਹਦਾ ਫਿਰ ਜਵਾਬ ਕੌਣ ਦੇਵੇਗਾ? ਇਹ ਜਿੰਨੇ ਕੁ ਨਵੇਂ ਯੰਤਰ ਆ ਗਏ ਆ, ਇਨ੍ਹਾਂ ਯੰਤਰਾਂ ਨੇ ਸਰਕਾਰ ਦੀਆਂ ਵੀ ਦੂਜਿਆਂ ਦੀਆਂ ਵੀ ਸਮੱਸਿਆਵਾਂ ਵਧਾ ਤੀਆਂ ਜੀ। ਇਸ ਕਰਕੇ ਹਰ ਕਿਸੇ ਨੂੰ ਥੋੜਾ ਜਿਹਾ ਜ਼ਬਾਨ ਤੇ ਕੰਟਰੋਲ ਰੱਖ ਕੇ ਬੋਲਣਾ ਚਾਹੀਦਾ ਜੀ। ਸਰ, ਗਗਨੇਜਾ ਕਤਲ ਕੇਸ ਹੈ ਜਿਹੜਾ, ਹੁਣ ਇਹਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਕਹਿੰਦੀ ਪੰਜਾਬ ਤੋਂ ਬਾਹਰ ਲੈ ਕੇ ਜਾਣਾ। ਦੇਖੋ, ਕਈ ਕੇਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿਚ ਕਈ ਵਾਰੀ ਇਹ ਸਮਝਿਆ ਜਾਂਦਾ ਕਿ ਸਬੰਧਤ ਰਾਜ ਵਿਚ ਰਵੇ ਤੇ ਸਜ਼ਾ ਨਹੀਂ ਮਿਲਣੀ। ਇੱਦਾਂ ਦੇ ਕੇਸ ਕਦੇ ਕਦੇ ਨਿਕਲਦੇ ਆ। 1977-78 ਦੇ ਵਿਚ ਬਾਦਲ ਸਰਕਾਰ ਦੇ ਹੁੰਦੇ ਆ ਅੰਮ੍ਰਿਤਸਰ ਚ ਨਿਰੰਕਾਰੀ ਕਾਂਡ ਹੋਇਆ ਸੀ, ਇੱਕ ਪਾਸੇ ਨਿਰੰਕਾਰੀਆਂ ਦਾ ਸਮਾਗਮ ਚੱਲਦਾ ਸੀ ਜੀ, ਦੂਜੇ ਪਾਸੇ ਦਮਦਮੇ ਟਕਸਾਲ ਤੇ ਅਖੰਡ ਕੀਰਤਨ ਜਥੇ ਵਾਲੇ ਗਏ, ਬੰਦੇ ਦੋਵੇਂ ਪਾਸੇ ਮਰੇ ਸਨ। ਉਸ ਕੇਸ ਦੇ ਨਿਰੰਕਾਰੀਆਂ ਨੇ ਅਰਜੀ ਦੇ ਦਿੱਤੀ ਜੀ ਪੰਜਾਬ ਚ ਸਾਡੇ ਖਿਲਾਫ਼ ਹੈ ਮਾਹੌਲ, ਇੱਥੇ ਸਾਨੂੰ ਇਨਸਾਫ਼ ਨਹੀਂ ਮਿਲਣਾ, ਸਾਰਾ ਕੇਸ ਬਾਹਰ ਟ੍ਰਾਂਸਫਰ ਕਰ ਦਿੱਤਾ ਜਾਵੇ, ਤੇ ਸਰਕਾਰ ਨੇ ਬਾਹਰ ਕਰਤਾ ਸੀ। ਇਸੇ ਤਰ੍ਹਾਂ ਦੇ ਕਈ ਕੇਸ ਹੋਰ ਹੋਏ ਆ। ਪਿੱਛੇ ਜੇ ਕਠੂਆ ਕਾਂਡ ਹੋਇਆ, ਉੱਥੇ ਇੱਕ ਪੁਜਾਰੀ ਸੀ ਜਿਹੜਾ ਰਾਜਕਰ ਦੀ ਪਾਰਟੀ ਦੇ ਨੇੜੇ ਸੀ, ਇੱਕ ਮੁਸਲਮਾਨ ਬੱਚੀ ਨਾਲ ਬਲਾਤਕਾਰ ਹੋਇਆ, ਉਸ ਕੇਸ ਦਾ ਰੌਲਾ ਪਿਆ। ਫਿਰ ਉਹ ਹਾਈਕੋਰਟ ਚ ਕੇਸ ਗਿਆ ਤੇ ਹਾਈਕੋਰਟ ਨੇ ਆਖਿਆ ਕਿ ਕਠੂਆ ਦੇ ਬਜਾਏ ਪਠਾਨਕੋਟ ਸੁਣਵਾਈ ਹੋਵੇਗੀ। ਆਪੋ ਚ ਸਿਰਫ 30 ਕਿਲੋਮੀਟਰਾਂ ਦਾ ਫਾਸਲਾ, ਪਰ ਇਨ੍ਹਾਂ 30 ਕਿਲੋਮੀਟਰਾਂ ਦੇ ਵਿਚਾਲੇ ਦੋਵਾਂ ਰਾਜਾਂ ਦਾ ਬਾਰਡਰ ਆ ਜਾਂਦਾ, ਉਹਦਾ ਬਾਰਡਰ ਆ ਜਾਂਦਾ ਮਾਧੋਪੁਰ ਵਾਲਾ, ਉਥੋਂ ਜੰਮੂ ਕਸ਼ਮੀਰ ਦੇ ਪਰਲੇ ਪਾਸੇ ਚੱਲਦੇ, ਉੱਥੇ ਉਹਨਾਂ ਦਾ ਦਬਾਅ ਸੀ, ਉਰਲੇ ਪਾਸੇ ਪੰਜਾਬ ਤੇ ਅੱਗੇ ਦਬਾਅ ਨਹੀਂ ਸੀ। ਤੇ ਪੁਜਾਰੀ ਨੂੰ ਤੇ ਉਹਦੇ ਸਾਥੀਆਂ ਨੂੰ ਸਜ਼ਾ ਹੋ ਗਈ। ਚਿਨਮੈਨ ਨਿਮ ਦਾ ਕੇਸ ਹੈ, ਸਵਾਮੀ ਐ ਪਾਰਲੀਮੈਂਟ ਮੈਂਬਰ ਵੀ ਰਹਿ ਚੁੱਕਾ ਜੀ, ਉਹਦੇ ਉੱਤੇ ਕੁੜੀ ਨੇ ਰੇਪ ਦੇ ਦੋਸ਼ ਲਾਏ ਸੀ, ਉਹ ਯੂਪੀ ਤੋਂ ਕੇਸ ਕੱਢ ਕੇ
ਤੇ ਇਧਰ ਦਿੱਲੀ ਚ ਲਿਆਂਦਾ ਗਾ। ਇੱਦਾਂ ਕਈ ਕੇਸ ਹੋਏ ਨੇ। ਹੁਣ ਗਗਨੇਜਾ ਕੇਸ ਦੇ ਵਿਚ ਵੀ ਐਨ ਆਈ ਏ ਸਮਝਦੀ ਆ ਕਿ ਪੰਜਾਬ ਦਾ ਮਾਹੌਲ ਇਹੋ ਜਿਹਾ ਕਿ ਜਿਹੜੇ ਜੱਗੀ ਜੌਲ ਤੇ ਕੁਛ ਹੋਰ ਪ੍ਰਵਾਸੀ ਪੰਜਾਬੀ ਸਿੱਖ ਵੀ ਨੇ ਇਸ ਕੇਸ, ਉਹਨਾਂ ਦੇ ਪੱਖ ਵਿਚ ਮਾਹੌਲ ਬਣਦਾ ਪਿਆ ਤੇ ਸ਼ਾਇਦ ਸਾਡੇ ਤੋਂ ਟ੍ਰਾਇਲ ਸਿਰੇ ਨਹੀਂ ਲਾਇਆ ਜਾ ਸਕਣਾ। ਉਹਨਾਂ ਅਰਜੀ ਦਿੱਤੀ ਆ ਕਿ ਕੇਸ ਪੰਜਾਬ ਤੋਂ ਬਾਹਰ ਲੈ ਜਾਈਏ। ਸਰ ਜੀ ਤੇ ਅਜੇ ਫੈਸਲਾ ਹੋਇਆ ਨਹੀਂ, ਬਾਅਦ ਚ ਹੋਵੇਗਾ ਜੀ। ਤੇ ਪੰਨੂ ਸਾਹਿਬ, ਅਮਰਜੀਤ ਸੰਦੋਆ ਹੋਰਾਂ ਨੇ ਹੁਣ ਅਸਤੀਫਾ ਵਾਪਸ ਲੈ ਲਿਆ, ਇਹਦੇ ਤੇ ਕੀ ਹੋ ਸਕਦਾ ਜੀ, ਐਕਸ਼ਨ ਲਿਆ ਜਾ ਸਕਦਾ ਕੋਈ? ਅਮਰਜੀਤ ਸੰਦੋਆ ਜਿਹੜਾ ਅਸਤੀਫਾ ਵਾਪਸ ਲੈ ਵੀ ਲਵੇ, ਸਪੀਕਰ ਦੇ ਕੋਲ ਫਿਰ ਵੀ ਇਹ ਅਧਿਕਾਰ ਹੈਗਾ ਕਿ ਉਹਦੇ ਖਿਲਾਫ਼ ਕਾਰਵਾਈ ਕਰ ਦੇਵੇ ਜੀ। ਉਦਾਂ ਅਮਰਜੀਤ ਸੰਦੋਆ ਨੇ ਆਪਣੇ ਆਪ ਨੂੰ ਲੋਕਾਂ ਸਾਹਮਣੇ ਜਾਣ ਜੋਗਾ ਛੱਡਿਆ ਨੀ, ਉਹਦੀ ਪੋਜੀਸ਼ਨ ਬਹੁਤ ਖਰਾਬ ਹੋਈ ਪਈ ਆ। ਇਹ ਬੰਦਾ ਜਦੋਂ ਜਿੱਤਿਆ ਤੇ ਜਿੱਤਣ ਤੋਂ ਥੋੜੇ ਦਿਨ ਬਾਅਦ ਇਹਨੇ ਇੱਕ ਥਾਂ ਦੇ ਉੱਤੇ ਰੇਤ ਬਜਰੀ ਦੀ ਖੁਦਾਈ ਕਰਨ ਵਾਲੇ ਅੱਡੇ ਤੇ ਛਾਪਾ ਮਾਰਿਆ ਜੀ, ਨਾਲ ਮੀਡੀਆ ਨੂੰ ਲਿਖ ਕੇ ਗਿਆ ਤੇ ਉਹਨਾਂ ਨੇ ਮੀਡੀਆ ਵਾਲਿਆਂ ਦੀ ਹਾਜ਼ਰੀ ਵਿਚ ਇਹਨੂੰ ਕੁੱਟ ਕੱਢਿਆ। ਫਿਰ ਇਹ ਆਖੇ ਕਿ ਜੇ ਮਾਈਨਿੰਗ ਵਾਲੇ ਸੀ ਉਹਨਾਂ ਮੈਨੂੰ ਕੁੱਟਿਆ, ਬੜੀ ਬੇਇਨਸਾਫੀ ਹੋਈ ਆ। ਤੇ ਮਾਈਨਿੰਗ ਵਾਲੇ ਆਖਣ ਜੀ ਇਹ ਸਾਡਾ ਹੀ ਭਾਈ ਬੰਦ ਆ ਪੁਰਾਣਾ, ਇਲੈਕਸ਼ਨ ਤੋਂ ਪਹਿਲਾਂ ਵੀ ਸਾਡੇ ਕੋਲ ਵੇਲੇ ਕੁ ਵੇਲੇ ਆਉਂਦਾ, ਅਸੀਂ ਖਰਚਾ ਦਿੰਦੇ ਸਾਂ, ਅਸੀਂ ਇਹਦੀ ਇਲੈਕਸ਼ਨ ਦਾ ਖਰਚਾ ਦਿੱਤਾ, ਇਲੈਕਸ਼ਨ ਦੇ ਵਿਚ ਇਹਦੇ ਨਾਲ ਕਰਦੇ ਹਾਂ, ਉਦੋਂ ਅਸੀਂ ਮਾੜੇ ਨੀ ਸਾਂ, ਇਹਨੂੰ ਵੀ ਪਤਾ ਅਸੀਂ ਕੀ ਕੰਮ ਕਰਦੇ ਹਾਂ, ਉਦੋਂ ਸਾਨੂੰ ਕਰਨਾ। ਹੁਣ ਐਮ ਐਲ ਏ ਬਣਨ ਤੋਂ ਬਾਅਦ ਜਿੱਤਣ ਤੋਂ ਬਾਅਦ ਮੁੜ ਮੁੜ ਕੇ ਆਉਂਦਾ, ਅਸੀਂ ਕਿੰਨੀ ਕੁ ਵਾਰੀ ਦੇ ਸਕਦੇ ਹਾਂ ਪੈਸੇ? ਇਸ ਗੱਲ ਦਾ ਰੌਲਾ ਬਹੁਤ ਪਿਆ, ਇਹ ਆਪਣੀ ਥਾਂ ਤੇ ਰਿਹਾ, ਉਹ ਆਪਣੀ ਥਾਂ ਤੇ ਰਿਹਾ। ਬਾਅਦ ਵਿਚ ਆ ਜਦੋਂ ਪਾਰਲੀਮੈਂਟ ਚੋਣਾਂ ਆਈਆਂ, ਇਹਨੇ ਅਚਾਨਕ ਇਕ ਦਿਨ ਐਲਾਨ ਕਰਤਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਕਿ ਮੈਂ ਆਮ ਆਦਮੀ ਪਾਰਟੀ ਛੱਡੀ, ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਿਹਾ, ਕਿਉਂਕਿ ਅਸੂਲ ਇਹ ਆ ਕਿ ਜਿਹੜਾ ਇਸ ਤਰ੍ਹਾਂ ਦਲ ਬਦਲੀ ਕਰੇ ਜੀ ਉਹਦੀ ਮੈਂਬਰੀ ਖਤਮ ਹੋ ਜਾਂਦੀ ਹੈ, ਤੇ ਸਪੀਕਰ ਸਾਹਿਬ ਨੇ ਮੇਰੀ ਮੈਂਬਰੀ ਕੀ ਖਤਮ ਕਰਨੀ ਆ, ਮੈਂ ਆਪਣੇ ਤੌਰ ਤੇ ਪਹਿਲਾਂ ਹੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਰਿਹਾ ਜੀ। ਇਹਨੇ ਕਿਹਾ ਤਾਂ ਮੈਂ ਅਸਤੀਫਾ ਦੇ ਰਿਹਾ, ਸਾਰੇ ਪਾਸੇ ਧੁੰਮ ਪੈ ਗਈ। ਉਦੋਂ ਹੀ ਨਰਜਤ ਸਿੰਘ ਮਾਨ ਸਿੰਘ ਨੇ ਦਿੱਤਾ ਸੀ, ਇਹਨਾਂ ਦੇ ਅਸਤੀਫੇ ਤੇ ਪਏ ਸੀ, ਸਪੀਕਰ ਨੇ ਅਜੇ ਤੱਕ ਮਨਜੂਰ ਨਹੀਂ ਕੀਤੇ। ਤੇ ਸਪੀਕਰ ਸਾਹਿਬ ਦਾ ਵਿਹਾਰ ਏਦਾਂ ਦਾ ਕਿ ਉਹ ਕਿਸੇ ਦਾ ਅਸਤੀਫਾ ਜੇ ਮਨਜੂਰ ਕਰਦੇ ਕੁਰਦੇ ਵੀ ਨਹੀਂ, ਐਚ ਐਸ ਫੂਲਕਾ ਦਾ ਵੀ ਮਨਜੂਰ ਕਰਦਾ, ਉਹਨਾਂ ਡੇਢ ਸਾਲ ਲਾ ਦਿੱਤਾ ਸੀ। ਹੁਣ ਵੀ ਏਦਾਂ ਦੇ ਅਸਤੀਫਿਆਂ ਬਾਰੇ ਅਜੇ ਤੱਕ ਉਹਨਾਂ ਸੁਖਪਾਲ ਸਿੰਘ ਖਰੜ ਦੇ ਅਸਤੀਫੇ ਦਾ ਕੁਛ ਨਹੀਂ ਕੀਤਾ। ਪਿਛਲਿਆਂ ਦਿਨਾਂ ਚ ਕਈਆਂ ਲੋਕਾਂ ਨੇ ਅਸਤੀਫੇ ਵਾਪਸ ਲੈਣੇ ਸ਼ੁਰੂ ਕਰਤੇ। ਸੁਖਪਾਲ ਸਿੰਘ ਖਰੜਾ ਕਹਿੰਦਾ ਜੀ ਮੈਂ ਵਾਪਸ ਇਸ ਕਰਕੇ ਲੈ ਰਿਹਾ ਜੀ ਕਿ ਜੇ ਭੁਲਾਖਾ ਹਲਕੇ ਦੀ ਚੋਣ ਹੋਈ ਤੇ ਲੋਕਾਂ ਦੇ ਸਿਰ ਖਰਚਾ ਪਵੇਗਾ। ਅਮਰਜੀਤ ਸਿੰਘ ਸੰਦੋਆ ਕਹਿੰਦਾ ਜੀ ਮੈਂ ਇਸ ਕਰਕੇ ਲੈ ਰਿਹਾ ਕਿ ਜੇ ਉਪ ਚੋਣ ਹੋਈ ਤੇ ਲੋਕਾਂ ਦੇ ਸਿਰ ਖਰਚਾ ਪਵੇਗਾ। ਇਹ ਖਰਚੇ ਦੀ ਗੱਲ ਹੋਣੀ ਚੇਤੇ ਆਈ, ਪਹਿਲਾਂ ਨਹੀਂ ਚੇਤੇ? ਅਸਲ ਗੱਲ ਇਹ ਆ ਕਿ ਇਹਨਾਂ ਦੇ ਵਿਚ ਬੈਗਰ ਲੱਗਾ ਪਿਆ, ਵਾਪਸੀ ਦੀ ਗੁੰਜਾਇਸ਼ ਕੋਈ ਲੱਭੀ ਜਾ ਰਹੀ ਆ। ਬਲਦੇਵ ਸਿੰਘ ਜੇਤੋ ਜੀ ਨੇ ਸੁਖਪਾਲ ਸਿੰਘ ਖਹਿਰੇ ਦੇ ਕਹਿਣ ਤੇ ਫਰੀਦਕੋਟ ਤੋਂ ਪਾਰਲੀਮੈਂਟ ਦੀ ਸੀਟ ਲੜੀ ਤੇ ਵਿਧਾਨ ਸਭਾ ਤੋਂ ਅਸਤੀਫਾ ਵੀ ਭੇਜ ਦਿੱਤਾ ਸੀ, ਅਸਤੀਫਾ ਨਹੀਂ ਭੇਜਿਆ, ਉਹਦਾ ਕਲੀਅਰ ਕਰਤਾ ਸੀ ਕਿ ਮੈਂ ਆਮ ਆਦਮੀ ਪਾਰਟੀ ਛੱਡੀ। ਹੁਣ ਉਹ ਵੀ ਆਮ ਆਦਮੀ ਪਾਰਟੀ ਚ ਵਾਪਸ ਚਲਾ ਗਿਆ ਤੇ ਖ਼ਬਰਾਂ ਇਹ ਸੁਣਨ ਨੂੰ ਮਿਲਦੀਆਂ ਨੇ ਕਿ ਆਮ ਆਦਮੀ ਪਾਰਟੀ ਆਪ ਕੋਸ਼ਿਸ਼ ਕਰਦੀ ਪਈ ਹੈ ਕਿ ਪੁਰਾਣੇ ਸਾਰੇ ਮੁੜ ਕੇ ਟਿਕਾਣੇ ਤੇ ਆ ਜਾਣ, ਕਿ ਪੁਰਾਣੇ ਟਿਕਾਣੇ ਤੇ ਆਉਂਦੇ ਕਿ ਨਹੀਂ ਆਉਂਦੇ। ਪਰ ਅਮਰਜੀਤ ਸੰਦੋਏ ਨੇ ਦੱਸ ਦਿੱਤਾ ਕਿ ਕੋਸ਼ਿਸ਼ਾਂ ਇਸ ਮਾਮਲੇ ਚ ਹੋ ਰਹੀਆਂ ਨੇ ਜੀ। ਤੇ ਪੰਨੂ ਸਾਹਿਬ, ਗੈਂਗਸਟਰ ਸੁਖਪ੍ਰੀਤ ਬੁੱਢਾ ਹੁਣ ਗ੍ਰਿਫ਼ਤਾਰ ਹੋਇਆ ਜੀ, ਅਰਮਾਨੀਆ ਆਸਟ੍ਰੇਲੀਆ ਆਸਟ੍ਰੀਆ ਉੱਥੇ, ਤੇ ਇਧਰੋਂ ਭਾਰਤੀ ਦਲ ਵੀ ਗਿਆ ਜੀ ਗ੍ਰਿਫ਼ਤਾਰ ਕਰਨ ਵਾਸਤੇ ਉਹਨੂੰ। ਦੇਖੋ ਜਿਹੜਾ ਸੁਖਪ੍ਰੀਤ ਬੁੱਢਾ ਜੀ, ਉਹ ਕਾਫੀ ਸਮੇਂ ਤੋਂ ਡੁਬਈ ਵਿਚ ਸੀ ਤੇ ਆਪਣਾ ਪਾਸਪੋਰਟ ਉੱਥੋਂ ਰਿਨਿਊ ਕਰਾ ਲੈਂਦਾ ਸੀ। ਇੱਥੇ ਭਾਰਤ ਵਾਲਿਆਂ ਨੂੰ ਪਤਾ ਨਹੀਂ ਲੱਗਦਾ, ਬਾਹਰ ਦਾ ਬਾਹਰ ਰਿਨਿਊ ਕਰਾ ਕੇ ਕਦੇ ਕਿਸੇ ਦੇਸ਼ ਕਦੇ ਕਿਸੇ ਦੇਸ਼ ਘੁੰਮਦਾ ਸੀ। ਪਿੱਛੇ ਜਿਹੇ ਨਾਲ ਪਤਾ ਲੱਗ ਗਿਆ ਕਿ ਉੱਥੇ ਭਾਰਤ ਵੀ ਹੋ ਕੇ ਗਿਆ, ਪਰ ਭਾਰਤ ਵਿਚੋਂ ਹੋ ਕੇ ਚਲਾ ਗਿਆ ਉਹਨੂੰ ਪਤਾ ਨੀ ਲੱਗਾ। ਜੇ ਤੇ ਉਹ ਏਅਰਪੋਰਟ ਤੇ ਰਾਹੀਂ ਆਉਂਦਾ ਤੇ ਫਿਰ ਪਤਾ ਲੱਗ ਜਾਣਾ ਸੀ, ਕਿਉਂਕਿ ਪਾਸਪੋਰਟ ਉਹਨੇ ਚੈੱਕ ਕਰਾਉਣਾ ਸੀ ਆ ਕੇ ਏਅਰਪੋਰਟ ਤੇ, ਤੇ ਉਥੋਂ ਗੱਲ ਬਣ ਜਾਣੀ, ਉਹਨੇ ਨਿਕਲ ਜਾਣਾ ਸੀ। ਉਹ ਇਹਦੀ ਥਾਂ ਦੇ ਉੱਤੇ ਉਥੋਂ ਚਲਾ ਗਿਆ ਉਧਰ ਨੂੰ, ਪਰੇ ਸ਼ਾਇਦ ਨੇਪਾਲ ਨੂੰ, ਤੇ ਨੇਪਾਲ ਵੱਲੋਂ ਚੁੱਪ ਚੁਪੀਤਾ ਭਾਰਤ ਆਇਆ, ਪੰਜਾਬ ਆਇਆ, ਘੁੰਮਿਆ ਤੇ ਵਾਪਸ ਚਲਾ ਗਿਆ। ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉਦੋਂ ਤੋਂ ਉਹਦੇ ਖਿਲਾਫ ਲਗਾਤਾਰ ਸਰਗਰਮੀ ਕਰਦੀਆਂ ਪਈਆਂ ਸੀ, ਉਹਨੂੰ ਸੀ ਲੱਭਦੇ ਪਏ। ਅਖੀਰ ਇਹਨਾਂ ਨੇ ਜਿਹੜੀ ਇੰਟਰਪੋਲ ਆ ਉਹਦੇ ਤੱਕ ਰੈਡ ਕਾਰਨਰ ਨੋਟਿਸ ਪਹੁੰਚਾਇਆ ਸੀ ਕਿ ਉਹ ਬੰਦਾ ਸਾਡਾ ਦੋਸ਼ੀ, ਸਾਨੂੰ ਚਾਹੀਦਾ ਤੇ ਫੜਿਆ ਜਾਵੇ। ਐਨ ਆਈ ਏ ਨੇ ਕੋਸ਼ ਕੀਤੀ ਤੇ ਉਹ ਬੰਦਾ ਆਸਟ੍ਰੀਆ ਚ ਕਾਬੂ ਆ ਗਿਆ। ਅੱਗੇ ਐਨ ਆਈ ਏ ਨੇ ਇੱਕ ਵਾਰੀ ਕੋਸ਼ ਕੀਤੀ ਸੀਗੀ, ਐਨ ਆਈ ਏ ਦੀ ਕੋਸ਼ਿਸ਼ ਦੇ ਨਾਲ, ਐਨ ਆਈ ਏ ਨਹੀਂ ਸੀ ਉਦੋਂ, ਸੀ ਬੀ ਆਈ ਹੁੰਦੀ ਸੀ, ਸੀ ਬੀ ਆਈ ਦੀ ਕੋਸ਼ਿਸ਼ ਦੇ ਨਾਲ
ਇੰਟਰਪੋਲ ਤੱਕ ਗਏ ਤੇ ਇੰਟਰਪੋਲ ਨੇ ਅਬੂ ਸਲੈਮ ਤੇ ਮੋਨਿਕਾ ਬੇਦੀ ਨੂੰ ਪੁਰਤਗਾਲ ਤੋਂ ਫੜਿਆ ਸੀ ਤੇ ਫਿਰ ਉਨ੍ਹਾਂ ਦੀ ਹਵਾਲਗੀ ਹੋਈ, ਭਾਰਤ ਲਿਆਂਦੇ ਗਏ ਸੀ। ਹੁਣ ਇਹਦੇ ਸਵਾਲ ਦੇ ਉੱਤੇ ਵੀ ਹਵਾਲਗੀ ਦੇ ਯਤਨ ਜਿਹੜੇ ਸੀ ਉਹ ਲਗਭਗ ਸਿਰੇ ਚੜ ਗਿਆ ਤੇ ਉੱਥੋਂ ਦੀ ਅਦਾਲਤ ਨੇ ਯੈਸ ਕਰ ਦਿੱਤੀ ਹੈ। ਇੱਥੋਂ ਇੱਕ ਐਸ ਪੀ, ਇੱਕ ਡੀ ਐਸ ਪੀ, ਦੋ ਤਿੰਨ ਹੋਰ ਮੁਲਾਜ਼ਮ ਇਹ ਸਪੈਸ਼ਲ ਪਰਮਿਟ ਲੈ ਕੇ ਤੇ ਆਸਟ੍ਰੀਆ ਨੂੰ ਗਏ ਆ, ਉੱਥੋਂ ਉਹਨੂੰ ਲੈ ਕੇ ਆਉਣਗੇ। ਉੱਦਾਂ ਮੈਂ ਇਹ ਦੱਸਦਿਆਂ ਕਿ ਇਹ ਮਾਮਲਾ ਇਕੱਲਾ ਇਹਦਾ ਨਹੀਂ, ਹਾਂਗਕਾਂਗ ਦੇ ਵਿਚੋਂ ਰਮਨਜੀਤ ਰੋਮੀ ਦਾ ਮਾਮਲਾ ਵੀ ਤੇ ਹੋਆ। ਨਾਭੇ ਦੇ ਵਿਚ ਮੈਕਸੀਮਮ ਸਿਕਿਉਰਿਟੀ ਜੇਲ੍ਹ, ਉਹ ਜੇਲ੍ਹ ਬ੍ਰੇਕ ਜਦੋਂ ਹੋਈ ਤੇ ਜਿਹੜੇ ਦੋਸ਼ੀ ਭੱਜ ਗਏ ਸਨ ਇੱਕ ਇੱਕ ਕਰਕੇ, ਬਾਅਦ ਸਾਰੇ ਫੜੇ ਵੀ ਗਏ ਸਨ। ਉਹਨਾਂ ਸਨ ਭੱਜਣ ਤੇ ਫੜੇ ਜਾਣ ਦੇ ਨਾਲ ਜੇਲ੍ਹ ਦੇ ਵਿਚ ਜਿਹੜਾ ਰੌਲਾ ਪਿਆ ਉਹਦੀ ਪੜਤਾਲ ਸ਼ੁਰੂ ਹੋਈ ਤੇ ਪੜਤਾਲ ਚਲੀ ਗਈ ਸੀ ਰਮਨਜੀਤ ਰੋਮੀ ਤੱਕ। ਜੇਲ੍ਹ ਚ ਹੁੰਦਿਆਂ ਉਹਦੇ ਫਲਾਣੇ ਫਲਾਣੇ ਸਾਥੀ ਬਣੇ ਸਨ ਤੇ ਉਹਨੇ ਕਿਹਾ ਸੀ ਬਾਕੀ ਗੇਟ ਮੈਂ ਕਰੂੰ ਤੇ ਤੁਹਾਨੂੰ ਛਡਾਉਣ ਦਾ ਪ੍ਰਬੰਧ ਕਰੋ, ਤੁਸੀਂ ਸਾਰੀ ਤਿਆਰੀ ਕਰਿਓ। ਉਹ ਰਮਨਜੀਤ ਰੋਮੀ ਕੁਝ ਹੋਰ ਗੱਲਾਂ ਦੇ ਵਿਚ ਵੀ ਵਾਂਟਡ ਸੀ। ਹਾਂਗਕਾਂਗ ਦੀ ਪੁਲਿਸ ਨੇ ਫੜ ਲਿਆ, ਕੇਸ ਚੱਲਦਾ ਰਿਹਾ ਚੱਲਦਾ ਰਿਹਾ। ਪਰਸੋਂ ਉਹਦੇ ਬਾਰੇ ਉੱਥੋਂ ਦੀ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਬੰਦਾ ਇੱਥੇ ਰੱਖਣ ਦੇ ਕਾਬਿਲ ਨਹੀਂ, ਇਹ ਭਾਰਤ ਸਰਕਾਰ ਨੂੰ ਸੌਂਪ ਦੇਣਾ ਚਾਹੀਦਾ। ਭਾਰਤ ਸਰਕਾਰ ਨੂੰ ਸੌਂਪ ਦਿੱਤਾ ਜਾਂਦਾ ਜਿੱਦਾਂ ਫੈਸਲਾ ਆਇਆ, ਜੇ ਕੋਈ ਨਵਾਂ ਸਟੇ ਨਾ ਮਿਲੇ ਤੇ ਭਾਰਤ ਤੋਂ ਪੁਲਿਸ ਲੈਣ ਵਾਸਤੇ ਉਹਨੂੰ ਵੀ ਚੱਲ ਜੂਗੀ। ਗੈਂਗਸਟਰ ਬੁੱਢਾ, ਇੱਥੇ ਹੋਰ ਵੀ ਕਈ ਗੈਂਗਸਟਰ ਹੈਗੇ ਜਿਹੜੇ ਪੰਜਾਬ ਤੇ ਭਾਰਤ ਵਿਚ ਵਾਰਦਾਤਾਂ ਕਰਦੇ ਤੇ ਬਾਹਰ ਭੱਜ ਜਾਂਦੇ, ਰੌਲਾ ਉਹਨਾਂ ਦਾ ਵੀ ਪੈਂਦਾ ਪਿਆ। ਜੀ ਸਾਹਿਬ, ਨਾਲ ਇੱਕ ਖਬਰ ਦੇ ਵੀ ਪਾਇਓ ਚਾਨਣਾ, ਜਿਹੜਾ ਐਸ ਜੀ ਪੀ ਸੀ ਦੇ ਬਾਰੇ ਨੋਟੀਫਿਕੇਸ਼ਨ ਹੈ ਕੋਈ, ਇਹ ਕੀ ਮਸਲਾ ਹੈ? ਦੇਖੋ, ਪਹਿਲਾਂ ਤਾਂ ਐਸ ਜੀ ਪੀ ਸੀ ਜਿਹੜੀ ਹੈ 2006 ਚ ਚੁਣੀ ਗਈ ਜੀ, ਉਦੋਂ ਇੱਕ ਕੇਸ ਚੱਲਦਾ ਸੀ, ਕੇਸ ਦਾ ਕਰਕੇ ਇਹਨਾਂ ਨੂੰ ਚਾਰਜ ਨਹੀਂ ਲੈਣ ਦਿੱਤਾ ਗਿਆ ਕਿ ਜਦੋਂ ਕੇਸ ਦਾ ਫੈਸਲਾ ਹੋਗਾ ਫਿਰ ਲਿਓ। ਫੈਸਲਾ ਜਾ ਕੇ ਹੋਇਆ 2011 ਚ, ਤੇ ਫਿਰ ਨਹੀਂ ਪਤਾ ਕਿ ਹੁਣ ਨਵੀਂ ਕਮੇਟੀ ਜਿਹੜੀ ਆ, ਪੁਰਾਣੇ ਚੁਣੇ ਹੋਏ 5 ਸਾਲ ਪਾਸੇ ਬੈਠੇ ਰਹੇ, ਇਹਨਾਂ ਦੀ ਮਿਆਦ ਅੱਜ ਤੋਂ ਸ਼ੁਰੂ ਹੋਣੀ ਹੈ ਕਿ ਪਹਿਲੀ ਗਿਣੀ ਜਾਣੀ ਹੈ? ਆਪਣੇ ਆਪ ਹੀ ਫੈਸਲਾ ਕਰ ਲਿਆ ਕਿ ਇਹੋ ਗਿਣ ਲੋ 5 ਸਾਲ ਦੇ ਉੱਤੇ, ਉਹ ਮਿਆਦ ਵੀ 2016 ਚ ਪੂਰੀ ਹੋ ਚੁੱਕੀ ਹੈ। ਹੁਣ ਕਮੇਟੀ ਸਾਰੀ ਹੀ ਗੈਰ ਕਾਨੂੰਨੀ ਚੱਲਦੀ ਪਈ ਹੈ। ਇਹਦੇ ਦੌਰਾਨ ਇੱਕ ਪ੍ਰੋਵੀਜ਼ਨ ਹੈ ਕਿ ਹਰ ਸਾਲ 29 ਨਵੰਬਰ ਤੋਂ ਪਹਿਲਾਂ ਇਹਦੇ ਅਹੁਦੇਦਾਰਾਂ ਦੀ ਪ੍ਰਧਾਨ ਸੈਕਟਰੀ ਵਗੈਰਾ ਦੀ ਚੋਣ ਕਰਾਉਣੀ ਹੁੰਦੀ ਹੈ ਜੀ। ਪਿਛਲੇ ਸਾਲ ਵੀ ਹੋਈ ਸੀ, 29 ਨਵੰਬਰ ਤੋਂ ਪਹਿਲਾਂ ਹੋ ਗਈ ਸੀ। ਉਹ ਚੋਣ ਦਾ ਜਿਹੜਾ ਫੈਸਲਾ, ਜਿਹੜੇ ਅਹੁਦੇਦਾਰ ਚੁਣੇ ਜਾਣ, ਉਨ੍ਹਾਂ ਨੂੰ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਦੇ ਨਾਲ ਨੋਟੀਫਾਈ ਕਰਨਾ ਹੁੰਦਾ ਤਾਂ ਕਿ ਉਨ੍ਹਾਂ ਦਾ ਕੰਮ ਸਰਕਾਰੀ ਦਰਬਾਰੇ ਜਾਇਜ਼ ਮੰਨਿਆ ਜਾਵੇ ਜੀ। ਤੇ ਸਰਕਾਰ ਨੇ ਸਾਰਾ ਸਾਲ ਫਾਈਲਾਂ ਰੱਖ ਛੱਡੀਆਂ। ਮੋਦੀ ਸਾਹਿਬ ਕਹਿੰਦੇ ਮੇਰੀ ਸਰਕਾਰ ਕੰਮ ਕਰਨ ਵਾਲੀ ਹੈ, ਬਾਕੀ ਤੇ ਮੈਂ ਗੱਲਾਂ ਹੀ ਕਰਦੇ ਸੀ। ਇੱਕ ਸਾਲ ਤੱਕ ਫਾਈਲਾਂ ਰੁੜਦੀਆਂ ਰਹੀਆਂ ਤੇ ਹੁਣ ਜਦੋਂ ਨਵੀਂ ਚੋਣ ਦੀ ਅਰਜੀ ਉੱਥੇ ਗਈ ਕਿ ਅਸੀਂ ਫੇਰ ਚੋਣ ਕਰਨ ਲੱਗੇ ਹਾਂ, ਤੇ ਫਿਰ ਅਕਾਲੀ ਚ ਪਰਸੋਂ ਫਾਈਲ ਕਲੀਅਰ ਕਰਕੇ ਤੇ ਆਖਿਆ ਜੀ ਪਿਛਲੇ ਸਾਲ ਵਾਲੀ ਤੁਹਾਡੀ ਚੋਣ ਹੁਣ ਨੋਟੀਫਾਈ ਕਰਤੀ ਹੈ। ਇਹਦਾ ਮਤਲਬ ਕਿ ਇੱਕ ਸਾਲ ਦੇ ਦੌਰਾਨ ਉਸ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜਿੰਨੇ ਕੰਮ ਕੀਤੇ ਉਹ ਗੈਰ ਸੰਵਿਧਾਨਿਕ ਸੀ, ਜੋ ਨੋਟੀਫਿਕੇਸ਼ਨ ਨਹੀਂ ਹੋਇਆ ਤੇ ਅਹੁਦੇਦਾਰ ਕਾਹਦੇ ਸੀ, ਉਹਨਾਂ ਦੇ ਕੰਮ ਕਾਹਦੇ ਸੀ? ਨੋਟੀਫਿਕੇਸ਼ਨ ਹੁਣ ਜਾਰੀ ਹੋਇਆ ਜਦੋਂ ਨਵੀਂ ਚੋਣ ਦੇ ਵਿਚ ਦਿਨ ਹੀ ਸਾਰੇ 10 ਰਹਿ ਗਏ ਜੀ। ਬੰਤ ਸਾਹਿਬ, ਇਹ ਜਿਹੜੀ ਹੁਣ ਪ੍ਰਧਾਨਗੀ ਹੈ ਇਹਦੇ ਵਿਚ ਕਈ ਨਾਂ ਚਰਚਾ ਦੇ ਵਿਚ ਹੈ, ਜਗੀਰ ਕੌਰ ਹੋਰਾਂ ਦਾ, ਤੋਤਾ ਸਿੰਘ ਹੋ ਰਿਹਾ, ਕਹਿੰਦੇ ਬਲਵੀਰ ਸਿੰਘ ਘੁੰਸ ਹੋ ਰਿਹਾ, ਕੀ ਲੱਗਦਾ ਕਿ ਕਿਹੜੇ ਆਗੂ ਨੂੰ ਥਾਪ ਦਿੱਤਾ ਜਾਊਗਾ ਜਥੇਦਾਰ? ਬਾਦਲ ਪਿਓ ਪੁੱਤ ਕਿਸੇ ਨੂੰ ਅਚਾਨਕ ਅਣਗੌਲੇ ਚਿਹਰੇ ਨੂੰ ਵੀ ਲਿਆ ਸਕਦੇ ਆ, ਜਿਹਨੂੰ ਕਿਸੇ ਨੇ ਕਦੇ ਸੁਣਿਆ ਹੀ ਨਾ ਹੋਵੇ ਜੀ। ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਬੜਾ ਲੰਮਾ ਸਮਾਂ ਪ੍ਰਧਾਨ ਰਿਹਾ, ਲੰਮੀ ਪ੍ਰਧਾਨਗੀ ਦਾ ਇੱਕ ਕਾਰਨ ਇਹ ਵੀ ਹੈ ਕਿ 5 ਸਾਲ ਇਹ ਉਹਨੂੰ ਬਦਲ ਨਹੀਂ ਸੀ ਸਕਦੇ, ਕਿਉਂਕਿ ਸਟੇ ਮਿਲਿਆ ਤੇ ਸਹਿਜਧਾਰੀਆਂ ਵਾਲਾ ਕੇਸ ਚੱਲਦਾ ਸੀ ਅਦਾਲਤ ਚ, ਤੇ ਅਦਾਲਤ ਨੇ ਆਖਿਆ ਸੀ ਕਿ ਜਦ ਤੱਕ ਅਸੀਂ ਫੈਸਲਾ ਨਹੀਂ ਕਰਦੇ ਉਨ੍ਹਾਂ ਚਿਰ ਤੱਕ ਇਹਦੇ ਉਹਦੇ ਦਰਾਂ ਚ ਕੋਈ ਤਬਦੀਲੀ ਨਾ ਕੀਤੀ ਜਾਵੇ, ਤੇ ਇਸੇ ਕਰਕੇ ਉਹ ਅਖੀਰਲੇ ਦਿਨ ਥੋੜਾ ਜਿਹਾ ਬਾਦਲਾਂ ਦੇ ਅੱਗੇ ਬੋਲਣ ਲੱਗ ਪਿਆ ਸੀ ਕਿ ਮੈਂ ਇਹਨਾਂ ਦਾ ਕਰਕੇ ਥੋੜਾ ਬੈਠਾ, ਮੈਨੂੰ ਤੇ ਸੁਪਰੀਮ ਕੋਰਟ ਨੇ ਆਖਿਆ ਕਿ ਇਹਨੂੰ ਰੱਖਣਾ ਪੈਣਾ, ਇਹ ਕੱਢ ਹੀ ਨਹੀਂ ਸਕਦੇ ਮੈਨੂੰ। ਉਸੇ ਤਰ੍ਹਾਂ ਹੀ ਇਹ ਹੋ ਸਕਦਾ ਕਿ ਇਸ ਵਾਰੀ ਬਾਦਲ ਪਿਓ ਪੁੱਤ ਅਚਾਨਕ ਕਿਸੇ ਦੀ ਲਾਟਰੀ ਕਰ ਦੇਣ ਕਿ ਫਲਾਨਾ ਪ੍ਰਧਾਨ ਬਣੂਗਾ ਜਿਹਨੂੰ ਮਰਜ਼ੀ ਬਣਾ ਦੇਣ। ਅਵਤਾਰ ਸਿੰਘ ਮੱਕੜ ਦੀ ਗੱਲ ਮੈਂ ਇਸ ਕਰਕੇ ਕੀਤੀ ਕਿ ਜਦੋਂ ਉਹ ਜਿੱਤ ਗਿਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਗਿਆ, ਤੇ ਹਫ਼ਤੇ ਦੇ ਅੰਦਰ ਅੰਦਰ ਉਹ ਫਿਰ ਗਿਆ ਦਿੱਲੀ, ਤੇ ਜਦੋਂ ਦਿੱਲੀ ਗਿਆ ਤੇ ਉੱਥੇ ਜਾ ਕੇ ਦਿੱਲੀ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਸਾਹਮਣੇ ਬੋਲਣ ਲੱਗਾ ਤੇ ਕਹਿੰਦਾ ਜੀ ਪ੍ਰਕਾਸ਼ ਸਿੰਘ ਬਾਦਲ ਵਰਗਾ ਆਗੂ ਕਿਤੇ ਲੱਭਣਾ, ਉਹਦਾ ਜਿੱਤ ਤੇ ਮਿਹਰ ਕਰਦੇ ਬਹੁਤ ਕਮਾਲ ਕਰ ਦਿੰਦਾ, ਤੁਸੀਂ ਇਹ ਵੇਖੋ ਮੈਂ ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਗਿਆ, ਮੈਂ ਤੁਹਾਡੇ ਕੋਲ ਆਇਆ, ਮੈਂ ਲੁਧਿਆਣੇ ਦਾ ਰਹਿਣ ਵਾਲਾ, ਮੈਨੂੰ ਅੱਜ ਦਿੱਲੀ ਆ ਕੇ ਪਤਾ ਲੱਗਾ ਕਿ ਲੁਧਿਆਣੇ ਦਿੱਲੀ 6 ਘੰਟਿਆਂ ਚ ਹੀ ਆ ਜਾਈਦਾ, ਮੈਂ ਅੱਜ ਤੱਕ ਦਿੱਲੀ ਨਹੀਂ ਵੇਖਿਆ, ਇਹ ਬਾਦਲ ਸਾਹਿਬ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਦਿੱਲੀ ਦਾ ਸ਼ਹਿਰ ਮੈਨੂੰ ਵਿਖਾ ਦਿੱਤਾ,
ਜਿਹੜਾ ਬੰਦਾ ਇੰਨੀ ਗੱਲ ਤੇ ਖੁਸ਼ ਹੋ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਦਿੱਲੀ ਦਾ ਸ਼ਹਿਰ ਵਿਖਾ ਦਿੱਤਾ, ਉਹ ਕਿੰਨਾ ਸਣਾ, ਉਹ ਕਿੰਨਾ ਪਾਇਦਾਰ, ਉਹ ਤੁਸੀਂ ਹਿਸਾਬ ਲਾ ਲਓ। ਇਸ ਵਾਰੀ ਉਹਨਾਂ ਨੇ ਫਿਰ ਕੋਈ ਏਦਾਂ ਦਾ ਬੰਦਾ ਲੈ ਆਉਣਾ ਜਿਹਨੂੰ ਕੋਈ ਜਾਣਦਾ ਹੀ ਨਾ ਹੋਵੇ, ਉਹ ਲਿਆ ਕੇ ਅਚਾਨਕ ਪ੍ਰਧਾਨ ਬਣਾ ਦਿੱਤਾ ਜਾਵੇ ਤੇ ਮੁੜ ਕੇ ਉਹਦੇ ਰਾਹੀਂ ਕੰਮ ਚਲਵਾਇਆ ਜਾਵੇ। ਉਦਾਂ ਨਾਮ ਬੀਬੀ ਜਗੀਰ ਕੌਰ ਦਾ ਵੀ ਚੱਲਦਾ, ਚਾਹੇਦਾਰ ਤੋਤਾ ਸਿੰਘ ਦਾ ਵੀ, ਕਈਆਂ ਹੋਰਨਾਂ ਦਾ ਵੀ, ਸਾਰੇ ਕਹਿੰਦੇ ਆ ਕਿ ਲੌਂਗੋਵਾਲ ਨੂੰ ਨਾ ਰੱਖਣਾ ਨੀ, ਲਾ ਦੇਣਾ ਜੀ, ਤੇ ਉਹਨੂੰ ਲਾ ਕੇ ਲਿਆਉਣਗੇ ਕਿਹਨੂੰ, ਅਜੇ ਤੱਕ ਤੇ ਉਹ ਨਹੀਂ ਦੱਸਦੇ ਪਏ ਜੀ। ਸਿਰਫ ਜਾਪਦਾ ਕਿ ਕੋਈ ਨਾ ਕੋਈ ਇਹੋ ਜਿਹਾ ਬੰਦਾ ਲਿਆਉਣਗੇ ਜਿਹੜਾ ਪੇਪਰ ਵੇਟ ਤੋਂ ਥੋੜਾ ਜਿਹਾ ਵੱਧ ਹੋਵੇ, ਤਾਂ ਕਿ ਅਗਲਿਆਂ ਦਿਨਾਂ ਚ ਇਲੈਕਸ਼ਨ ਵੀ ਮੁੜ ਕੇ ਦੂਜੀ ਤੁਰੀ ਆਉਂਦੀ ਹੈ। ਉਹਦੇ ਤੋਂ ਪਹਿਲਾਂ ਦੇ ਸਮੇਂ ਚ ਕਾਂਗਰਸ ਇੱਕ ਗੱਲ ਕਰੇ ਤੇ ਉਹ ਅੱਗੋਂ ਦੋ ਕਰਿਆ ਕਰੇ, 21 ਦੀ 31 ਪਾਉਣਾ ਜਾਣਦਾ ਹੋਵੇ, ਉਹਦੇ ਵਾਸਤੇ ਤਿਆਰੀ ਹੈ ਤੇ ਬਹੁਤੀ ਸੰਭਾਵਨਾ ਹੈ ਕੋਈ ਇਹੋ ਜਿਹਾ ਬੰਦਾ ਲਿਆਉਂਦਾ। ਕੁਝ ਕੁਝ ਸੰਭਾਵਨਾ ਕਿ ਜੇ ਪੁਰਾਣਿਆਂ ਚ ਲਿਆਉਣਾ ਹੋਇਆ ਤਾਂ ਸਭ ਤੋਂ ਵਧੀਆ ਬੀਬੀ ਜਗੀਰ ਕੌਰ ਜੀ। ਪੰਨ ਸਾਹਿਬ, 30 ਮਾਰ ਖਾਂ ਹੋਰੇ ਕੀ ਕਹਿੰਦੇ ਜੀ? ਅਸੀਂ ਇੱਕ ਬੜੀ ਦੁਖਦਾਈ ਖਬਰ ਡਿਸਕਸ ਕੀਤੀ ਹੈ ਕਿ ਅੱਜ ਕੱਲ ਕਿੱਦਾਂ ਕੁੱਟਿਆ ਮਾਰਿਆ ਜਾ ਰਿਹਾ ਮੁੰਡੇ, ਕਿਸੇ ਨੇ ਕੀ ਕੁਛ ਆ, ਉਹ ਸਾਰੀਆਂ ਗੱਲਾਂ ਤੇ ਮੈਂ ਲਿਖਿਆ। ਕਰਦਾ ਪਿਆਰ ਮਿਲਦਾ ਜੇ ਕੋਈ ਲੜਕਾ, ਚਾੜੀ ਪਕੜ ਕੇ ਜਾਂਦੀ ਕੜਕੁੱਟ ਮੀਆਂ, ਮੁੰਡਾ ਕੁੜੀ ਜਦ ਧਰਮ ਅਸਥਾਨ ਪਹੁੰਚੇ, ਪੈ ਗਏ ਫਿਰਤੂ ਸੀ ਉਹਨਾਂ ਨੂੰ ਟੁੱਟ ਮੀਆਂ, ਮੁੰਡੇ ਕੁੜੀਆਂ ਸੀ ਪਾਰਕ ਦੇ ਵਿਚ ਬੈਠੇ, ਜਾ ਕੇ ਲਿਆ ਸੀ ਸ਼ੋਧਿਆਂ ਸੁੱਟ ਮੀਆਂ, ਕਰਦੀ ਫੋਨ ਸੀ ਕੁੜੀ ਤਾਂ ਪਿਤਾ ਉਸਦੇ, ਚੰਗੀਆਂ ਦਿੱਤੀ ਹੈ ਪਕੜ ਕੇ ਕੁੱਟ ਮੀਆਂ। ਬਾਕੀ ਚਾਰ ਲੈਣਾ। ਤਾਲਿਬਾਨ ਦਾ ਆਇਆ ਨਾ ਰਾਜ ਬੇਸ਼ਕ, ਤਾਲਿਬਾਨੀ ਤਾਂ ਚੱਲ ਪਿਆ ਕਰਮ ਮੀਆਂ, ਖਤਰੇ ਅਣਖ ਦੇ ਮਾਰੀ ਪਈ ਮੱਤ ਮੀਆਂ, ਰੋਣਾ ਪਾ ਗਿਆ ਪੱਲੇ ਆ ਭਰਮ ਮੀਆਂ। ਜਿਹੜਾ ਫੋਕੀ ਅਣਖ ਦਾ ਭਰਮਿਆਂ ਨੇ ਬੜੇ ਘਰਾਂ ਚ ਰੋਣਾ ਪਾ ਦਿੱਤਾ। ਬਿਲਕੁਲ ਸਹੀ ਗੱਲ, ਬਹੁਤ ਮਿਹਰਬਾਨੀ ਪੰਨੂ ਸਾਹਿਬ ਜੀ, ਮੈਂ ਸ਼ੁਕਰੀਆ ਜਤਿੰਦਰ ਪੰਨੂ, ਉਹਨਾਂ ਦੇ ਨਾਲ ਆਪਾਂ ਦੋਸਤੋ ਗੱਲਬਾਤ ਕਰ ਰਹੇ ਸੀ। ਤੁਸੀਂ ਜਾਣਦੇ ਹੋ ਹਫਤੇ ਚ ਇੱਕ ਦਿਨ, ਸੋਰੀ ਹਫਤੇ ਚ ਦੋ ਦਿਨ ਆਪਾਂ ਉਹਨਾਂ ਦੇ ਨਾਲ ਸਾਂਝ ਪਾਉਣੇ, ਔਰ ਇਹ ਸਾਂਝ ਵੱਖ ਵੱਖ ਸ਼ਖਸੀਅਤਾਂ ਦੇ ਸਹਿਯੋਗ ਦੇ ਨਾਲ ਨੇਪਰੇ ਚੜਦੀ ਹੈ। ਅੱਜ ਬਾਈ ਸੁਖਮਿੰਦਰ ਸਿੰਘ ਸੁੱਖਾ ਸੰਧੂ ਸਾਹਿਬ ਉਨ੍ਹਾਂ ਦਾ ਸਹਿਯੋਗ ਸੀ, ਔਰ ਸੋਮਵਾਰ ਵਾਲੇ ਦਿਨ ਸਾਨੂੰ ਸਹਿਯੋਗ ਰਹਿੰਦਾ ਹੈ ਬਾਈ ਕੁਲਦੀਪ ਸਿੰਘ ਬਾਠ ਅੰਡਿਆਨਾ ਇੰਡੀਅਨ ਐਪਲਸ ਤੋਂ, ਉਨ੍ਹਾਂ ਦੇ ਪਰਿਵਾਰ ਦਾ। ਤੇ